ਦੇਖ ਰਹੇ ਹੋ ਜਸ ਟੀਵੀ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀਆਂ ਚੋਣਾਂ ਜਦੋਂ ਵੀ ਹੋਣਗੀਆਂ ਉਸ ਤੋਂ ਪਹਿਲਾਂ ਸਿਆਸਤ ਭਗਤੀ ਨਜ਼ਰ ਆਉਂਦੀ ਹੈ, ਕਿਉਂਕਿ SGPC ਤੇ ਕਹਿੰਦੇ ਬਾਦਲਾਂ ਦਾ ਕਬਜ਼ਾ ਛੁਡਾਉਣਾ ਵਾਰ ਵਾਰ ਸਿਆਸਤ ਕਹਿੰਦੀ ਹੈ। ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਬਿਆਨ ਦਿੰਦੇ ਆ। ਅਸੀਂ ਇੱਕੋ ਸਵਾਲ ਪੁੱਛਾਂਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਕੈਪਟਨ ਕਿਸ ਦੇ ਖਿਲਾਫ ਹੈ? ਕਮੇਟੀ ਦੇ ਕੈਪਟਨ ਅੱਜ ਬਹਿਸ ਜਿਹਨਾਂ ਬਿੰਦੂਆਂ 'ਤੇ ਕਰ ਰਹੇ ਹਾਂ ਤੁਹਾਨੂੰ ਦੱਸਦੀ ਹੈ। ਬਿੰਦੂ ਬੜੇ ਥੋੜ੍ਹੇ ਆ ਪਰ ਬੜੇ ਅਹਿਮ ਹੈ। ਜਿਹੜੇ ਬਿੰਦੂ ਚਰਚਾ ਕਰ ਰਹੇ ਹਾਂ, ਚੰਡੀਗੜ੍ਹ 'ਚ ਮੀਡੀਆ ਦੇ ਮੁਖਾਤਿਬ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਗਰਮ ਖਿਆਲੀਆਂ ਦਾ ਸਮਰਥਨ ਨਹੀਂ ਕਰਾਂਗਾ। ਕਾਂਗਰਸ ਧਰਮ ਦੀ ਸਿਆਸਤ ਨਹੀਂ ਕਰਦੀ, ਪਰ ਮੈਂ ਹਮਾਇਤ ਕਰਾਂਗਾ। ਹਮਾਇਤ ਉਹਨਾਂ ਦੀ ਕਰੂੰਗਾ ਜਿਹੜੇ ਮੋਡਰੇਟ ਜਥੇਬੰਦੀਆਂ ਹੋਣਗੀਆਂ। ਕਿਸੇ ਵੀ ਉਧਾਰਵਾਦੀ ਜਥੇਬੰਦੀ ਨੂੰ ਸਮਰਥਨ ਲਈ ਤਿਆਰ ਹੈ, ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ। ਬਾਦਲ ਮੋਡਰੇਟ ਨਹੀਂ, ਮੌਕਾ ਪ੍ਰਸਤ ਬਾਦਲਾਂ ਨੇ ਬਹੁਤ ਨੁਕਸਾਨ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਗੱਲ ਕਹੀ ਹੈ। ਕੈਪਟਨ ਅਮਰਿੰਦਰ ਸਿੰਘ ਕਹਿ ਕੀ ਰਹੇ ਆ, ਪਹਿਲਾਂ ਉਹ ਸੁਣ ਲਈਏ। ਅਮਰਿੰਦਰ ਸਿੰਘ ਐਵਰ ਬੀਨ ਰੈਡੀਕਲ? ਵੁੱਡ ਆਈ ਐਵਰ ਹੈਵ ਐਨ ਅੰਡਰਸਟੈਂਡਿੰਗ ਵਿਦ ਰੈਡੀਕਲ? ਯੂ ਟੈਲ ਮੀ ਦੈਟ। ਵੁੱਡ ਆਈ ਵਾਂਟ ਐਨੀ ਆਫ ਦੀਸ ਰੈਡੀਕਲਸ ਟੂ ਹੈਂਡ ਓਵਰ ਦੀ SGPC? ਐਨੀ ਬਾਡੀ ਹੂ ਇਜ਼ ਅ ਮੋਡਰੇਟ ਸਿੱਖ ਹੂ ਬਿਲੀਵਸ ਇਨ ਦੀ in the the management of the Gurdwara Sahib and does not use it for political end, we will support. I will support. The party does not support. The Congress party does not get into politics of religion. Enough, Badals have done enough damage to the Gurdwaras, and if there is any moderate organization that comes forward, I will certainly from my side give my support to that. So what if it becomes a ragtag think of radicals coming together, that, not moderates? Look, I will never sort of allow any radicals and all to emerge in the state the way they have done. We Punjab has suffered too much in this. We have had 30,000 people who died here, 20 years of total turmoil. Punjab has destroyed our economic base. Every way Punjab has been ruined by this movement of these Akalis and don't think that Badal is a moderate. He is not moderate. He is an opportunist of the highest order. And he may use moderates today, he may use liberal people tomorrow, and he may use completely nationalists day after tomorrow, anything to promote himself. ਇਸ ਡਿਬੇਟ ਦੇ ਵਿੱਚ ਸਵਾਲ ਇੱਕੋ ਹੀ ਪੁੱਛਾਂਗੇ। ਸਵਾਲ ਅਸੀਂ ਇਹ ਪੁੱਛਾਂਗੇ, ਕੈਪਟਨ ਦੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਬਿਆਨ ਦਾ ਪੰਥਕ ਸਿਆਸਤ 'ਤੇ ਕਿੰਨਾ ਅਸਰ ਹੋਵੇਗਾ? ਇਸੇ ਸਵਾਲ 'ਤੇ ਅਸੀਂ ਚਰਚਾ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤੁਹਾਡਾ ਤਾਰਫ ਕਰਾ ਰਿਹਾ। ਗੁਰਦੇਵ ਸਿੰਘ ਸਿੱਖ ਬੁੱਧੀਜੀਵੀ ਤੌਰ 'ਤੇ ਸਾਡਾ ਮੌਜੂਦ ਰਹਿਣ ਕੇ ਸਾਬਕਾ IAS ਨੇ, ਗੁਰਦੇਵ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਹਰਦੀਪ ਸਿੰਘ ਕਿੰਗਰਾ ਕਾਂਗਰਸ ਤੋਂ ਨੇ, ਕਿੰਗਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਚੰਦ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ ਹੈ, ਚੰਦ ਸਿੰਘ ਬਰਾੜ ਤੁਹਾਡਾ ਬਹੁਤ ਸਵਾਗਤ ਹੈ, ਅਤੇ ਕੈਪਟਨ ਚੰਦ ਸਿੰਘ ਸਿੱਧੂ ਯੂਨਾਈਟਡ ਅਕਾਲੀ ਦਲ ਤੋਂ ਹੈ, ਯੂਨਾਈਟਡ ਸਿੱਖ ਮੂਵਮੈਂਟ ਦੇ ਵੀ ਨੁਮਾਇੰਦੇ ਆ। ਕੈਪਟਨ ਚੰਦ ਸਿੰਘ ਸਿੱਧੂ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਹਰਦੀਪ ਸਿੰਘ ਕਿੰਗਰਾ ਤੁਹਾਨੂੰ ਕਰਨਾ ਚਾਹੁੰਦਾ। ਹਰਦੀਪ ਸਿੰਘ ਕਿੰਗਰਾ, ਇਹ ਗਰਮ ਖਿਆਲੀ ਕੌਣ ਹੁੰਦੇ ਆ, ਰੈਡੀਕਲ ਕੌਣ? ਦੇਖੋ, ਇਹ ਤਾਂ ਉਹੀ ਪਰਿਭਾਸ਼ਾ ਇਹਦੀ ਦੱਸ ਸਕਦੇ ਆ ਜਿਹੜੇ ਇਸ ਲਫ਼ਜ਼ ਦਾ ਇਸਤੇਮਾਲ ਕਰਦੇ ਆ। ਕੈਪਟਨ ਸਾਹਿਬ ਨੇ ਇਸਤੇਮਾਲ ਕੀਤਾ, ਮੈਂ ਤੁਹਾਨੂੰ ਦੱਸ ਦਾਂਗਾ। ਸਿੱਖ ਹੋਣਾ ਕੋਈ ਗੁਨਾਹ ਨਹੀਂ ਦੁਨੀਆ ਦੇ ਵਿੱਚ, ਔਰ ਕੇਸਾਧਾਰੀ ਅੰਮ੍ਰਿਤਧਾਰੀ ਸਿੰਘ ਹੋਣਾ ਕੋਈ ਗੁਨਾਹ ਨਹੀਂ ਦੁਨੀਆ ਦੇ ਵਿੱਚ। ਸਭ ਤੋਂ ਚੰਗੀ ਗੱਲ ਹੈ ਜੇ ਕੋਈ ਸਿੱਖ ਅੰਮ੍ਰਿਤਧਾਰੀ ਹੁੰਦਾ ਹੈ, ਕੇਸਾਧਾਰੀ ਹੁੰਦਾ ਹੈ, ਸਾਬਤ ਸੂਰਤ ਹੁੰਦਾ ਹੈ। ਲੇਕਿਨ ਕਿਸੇ ਨੂੰ ਰੈਡੀਕਲ ਕਹਿ ਦੇਣਾ, ਇਹ ਕਹਿ ਦੇਣਾ ਕਿ ਅਸੀਂ ਅਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਣਾ ਹੈ, ਇਹ ਰੈਡੀਕਲਿਜ਼ਮ ਨਹੀਂ ਹੈ? ਇਹ ਕੀ ਹੈ? ਇਹ ਕਹਿ ਦੇਣਾ ਕਿ ਕੌਣ ਕੀ ਖਾਏਗਾ, ਕਿਸ ਦਿਨ ਕੀ ਖਾਏਗਾ, ਇਹ ਰੈਡੀਕਲਿਜ਼ਮ ਨਹੀਂ ਹੈ? ਉਹਨਾਂ ਨੂੰ ਤਾਂ ਕੋਈ ਰੈਡੀਕਲ ਨਹੀਂ ਕਹਿੰਦਾ। ਜੇ ਕੋਈ ਸਿੱਖ ਧਰਮ ਦੀ ਗੱਲ ਕਰਦਾ, ਤੁਸੀਂ ਰੈਡੀਕਲ ਕਹਿ ਦਿੰਦੇ ਉਹਨੂੰ? ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਡਿਨਾਈ ਕਰਦੇ ਪਏ ਹੋ? ਨਹੀਂ, ਰੈਡੀਕਲ ਦੀ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਹੈ। ਰੈਡੀਕਲ ਦੀ ਰੈਡੀਕਲ ਕੌਣ ਹੈ ਫਿਰ? ਮੈਂ ਕੈਪਟਨ ਅਮਰਿੰਦਰ ਸਿੰਘ ਦੇ ਰੈਡੀਕਲ ਭਾਜਪਾ ਲਿਆ, ਰੈਡੀਕਲ ਭਾਜਪਾ ਲਿਆ, ਮੈਂ ਰੈਡੀਕਲ ਕੌਣ ਹੈ ਫਿਰ? ਮੈਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਗੱਲ ਨਹੀਂ ਕੀਤੀ, ਤੁਸੀਂ ਰੈਡੀਕਲ ਦੀ ਪਰਿਭਾਸ਼ਾ ਪੁੱਛੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਬਾਰੇ ਪੁੱਛੋ, ਮੈਂ ਦੱਸੋ ਦੱਸੋ ਕੈਪਟਨ ਅਮਰਿੰਦਰ ਸਿੰਘ ਨੇ ਰੈਡੀਕਲ ਕਿਉਂ ਕਿਹਾ? ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਰੈਡੀਕਲ ਤੋਂ ਮਤਲਬ ਹੈ, ਜਿਹੜਾ ਤੁਸੀਂ ਪਰਿਭਾਸ਼ਾ ਲੈਂਦੇ ਹੋ, ਮੈਂ ਜਿਹੜੀ ਪਰਿਭਾਸ਼ਾ ਦਿੱਤੀ ਹੈ ਉਹ ਸਿੱਖ ਧਰਮ ਦੀ ਦਿੱਤੀ ਹੈ। ਜਿਹੜੀ ਹੁਣ ਤੁਸੀਂ ਰੈਡੀਕਲ ਪਰਿਭਾਸ਼ਾ ਜਿਹੜੀ ਆਮ ਯੂਜ਼ ਕਰਦੇ ਹੋ, ਉਹ ਪਰਿਭਾਸ਼ਾ ਇਹ ਹੈ ਕਿ ਜਿਹੜੇ ਗਰਮ ਖਿਆਲੀ ਲੋਕ ਨੇ, ਜਿਹੜੇ ਕੁਛ ਨਾ ਕਿਤੇ ਸੈਪਰੇਟਿਸਟ ਮੂਵਮੈਂਟ ਨੂੰ ਜਾਂ ਕਿਤੇ ਨਾ ਕਿਤੇ ਜਿਹੜੇ ਨੇ ਉਹ ਸਪੋਰਟ ਕਰਦੇ ਨੇ, ਉਹਨਾਂ ਨੂੰ ਤੁਸੀਂ ਜਿਹੜੀ ਪ੍ਰੈਸ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਪਰਿਭਾਸ਼ਾ ਇਹ ਮੰਨੀ ਜਾਂਦੀ ਹੈ ਰੈਡੀਕਲ ਦੀ, ਉਸ ਪਰਿਭਾਸ਼ਾ ਨੂੰ ਆਮ ਲੋਕ ਇਸਤੇਮਾਲ ਕਰਨ ਲੱਗ ਗਏ ਨੇ। ਤੁਸੀਂ ਪ੍ਰੈਸ ਨੂੰ ਛੱਡੋ,
मेरा सवाल बड़ा बड़ा सीधा है हरदीप सिंह कंकरा, कैप्टन अमरिंदर सिंह की जबान चो शब्द निकलिया रेडिकल, उन्होंने रेडिकल कौन है? पंजाब दे विच केड़ी जथेबंदी है जां पंजाब दे विच केड़े लोक है जिहड़े गर्म ख्याली है जिन्होंने श्रोमणी कमेटी दी चोणां विच उन्होंने फड़न नहीं देना? कैप्टन अमरिंदर सिंह ने यह कहा है कि मैं किसी भी गर्म ख्याली जिहड़े दल ख्याल वाले दल ने उन्हां दी एस जी पी सी दी चोणां च हमायत नहीं करांगा। उन्होंने किसी को डिफाइन नहीं किया कि कौन अज गर्म ख्याली कौन है ना, फिर डिफाइन तुसी करो ना। मैं डिफाइन कर देना, कांग्रेस किनू गर्म ख्याली मैं डिफाइन कर देनागा। जे अज किंगरा इत्थे बैठा कांग्रेस रिप्रेजेंटेटिव होके, कल नू किंगरा भी गर्म ख्याली हो सकता दो साल बाद। कोई भी बंदा गर्म आपके ख्याल किसी वेले बदल सकता, वह गर्म ख्याली हो जाएगा। पर वह कहिंदे ने भी जिहदे भी कितें गर्म ख्याल होणगे, जिहड़ा भी बंदा गर्म ख्यालां दी गल करेगा मैं उहदी सपोर्ट नहीं करांगा, बस खत्म गल। श्रोमणी अकाली दल जे कोई देश नूं तोड़न दी गल करदा तां उहदे हमेशा खिलाफ हैगा। एक मैं बेनती करदा सीधे तौर ते, दूजी गल मैं एक बेनती करां कि मुख्यमंत्री कैप्टन अमरिंदर सिंह ने जिन्हां दी उह हमायत नहीं करना चाहुंदे जां रेडिकल जिन्हों समझदे आ जां कोई उहनूं किस भाषा च इस्तेमाल करना चाहुंदे आ, कांग्रेस दे प्रवक्ता ने भी अपने ढंग नाल डिफाइन करता, जां तो लिस्ट जारी कर देण पता लग जाए भी किहड़े लोक क्यों नहीं करना चाहुंदे ते उहनां दे कारण की है पिछे, क्योंकि सरकार कोल बड़े साधन हुंदे आ। पर मैं एक बेनती करां कि कैप्टन साहब एक गल कहिंदे आ कि मेरी पार्टी तां नहीं करदी ते मैं जरूर करूँगा भी जिहड़ी इहनां तों कमेटी खोहण वास्ते। पहली गल मैं एक गल कर दिया कि जे कांग्रेस नहीं करती तो कांग्रेस के सारे मंत्री विधानसभा के बोले, सुखी रंधावे ने पहल की कि असी एस जी पी सी कब्जा करांगे तो सारे ताड़ियां मार रहे, सारे मंत्रियों ने मैं की, मुख्यमंत्री साहब आप बैठे उत्थे मुश्कड़ियां हस रहे हैं, उदन नहीं रोकया भी भाई ये कांग्रेस का काम नहीं अपना, ये क्योंकि कांग्रेस के मुख्यमंत्री तो कांग्रेस के ही मंत्री है ना। इस करके श्रीमती इंदिरा गांधी तो ला के, ज्ञानी जैल सिंह तो ला के, दरबारा सिंह तो ला के, कैप्टन साहब की पिछली सरकार तक ला के हमेशा कोशिश करते रहे हैं, और इस बारी इन्हें थोड़ी ज़्यादा कोशिश है। इन्होंने ये लगता है कि शायद जे असी यह गल कर दिए तो शायद कांग्रेस में ही असी जो अटैक किया वह भी असी उस खाते च लियावांगे भी नहीं कांग्रेस की। ठीक है, ठीक है, जिहड़ी गल तुसीं कह रहे हो बादलों बारे जिहड़ा बयान दिता, मैं उस बयान से वापस आ जाऊँगा। चंजी बराड़, मैं एक सीधा सवाल किया सीगा, तुहाडी नज़र दे विच गर्म ख्याली कौन है? देखो मैं इस गल नूं गर्म मैं तां इह कहा है भी जिहड़े देश नूं तोड़न दा नारा लाउणगे, जिहड़े खालिस्तान बनाउण दी गल करदे आ, जां जिहड़े देश नूं तोड़न दा जिहड़े कहिंदे आ कि पंजाब नूं भारत तों आजाद करवाउणा, असीं उहनां लोकां दी हिमायत नहीं कर सकदे। और मैं एक गल गर्म ख्याली लगदे आ, नहीं कोई भी होवे उह तां साडे लई तां गर्म ख्याली की, उह तां जिहड़ा देश नूं तोड़न दी गल करदा साडे उहनां नाल ख्यालात नहीं मिल सकदे। मैं तैनूं इक पंजाबी च गल क्लीयर कर दिया। दूजी मैं बेनती इह करदे आ कि श्रोमणी गुरद्वारा प्रबंधक कमेटी हर 5 सालां बाद वोटां पैंदियां, और कांग्रेस ने हमेशा कोशिश की इत्थे आउंदी, पर पंजाब दे लोग जिथे भी हिंदुस्तान नहीं हिंदुस्तान तो बाहर बैठा भी सिख इस गल नूं समझदा कि कांग्रेस ने गुरधामां ते जदों हमले किए है, गुरधामां ते एडे वड्डे साजिशां रचियां, उन्होंने जे नहीं मौका देंगे तो मेरा ख्याल है बार बार इन्होंने कोशिश नहीं करनी चाहिए। बाकी जे कोई लड़ता है एस जी पी सी बहुत सारिया तरह लड़दियां, जिन्होंने लोग चुन लेंगे उन्होंने हाथों से प्रबंध रहता, जो आने वाले समय से जिन्होंने चुन लेंगे लोग फैसला हो जाएगा। मैं वापस आऊंगा तुहाडे कोल, वैसे तुसीं क्या 5 साल बाद चोणां होंदियां होंदियां नहीं वैसे, भी कारण है। ठीक है, उस कारण से मैं आ जाऊंगा। कैप्टन जनरल सिद्धू, मैं सवाल वैसे तुहानूं पुछना, तुसीं कि कैटेगरी चुन लो, गर्म ख्याली हो तुसीं? गर्म ख्याली जेड़ा बंदा आपके हकों वास्ते लड़ता, जेड़ा इंसाफ मंगता है, उन्नू तुसी गर्म ख्याली का खिताब दे के तोर देंदे जे, क्योंकि इंसाफ तुसी देना नहीं। तुसी मैनू ये दसो 1978 तो लैके अज तक किन्ने सिख मारे गए, किवें किवें मारे गए, कई अज 1984 च साढ़े 3000 सिख मारे गए, कभी सानू इंसाफ मिलिया? जे असी इंसाफ लैन वास्ते खड़े हाँ तो असी तो गर्म ख्याली हो गए। मतलब गर्म ख्याली का मतलब की इन्होंने वास्ते, जो इंसाफ मंगे वो गर्म ख्याली है, तो जे मरवाई चलीए चुप करके बैठे रहिए, गुरु ग्रंथ साहब के पत्रे गलियां खिलारे जान असी चुप करके सहन करिए, फिर तो असी ठीक हाँ देश भगत। तो जे असी कहीए गलत है साडे गुरु की बेअदबी तुसी कीती है तो फिर असी गर्म ख्याली हो गए। कैप्टन साहब, तुसी तां कैप्टन साहब नूं चंगी तरह समझदे हो, हाँ जी, खुद कैप्टन रहे हो, कैप्टन अमरिंदर सिंह ने किनूं गर्म ख्याली कहा? ये नहीं मैनूं पता, कैप्टन अमरिंदर सिंह ने दो गल्लां कहीआं, एक तो उन्हें कहा कि गर्म ख्याली नूं सपोर्ट नहीं करांगा, एक उन्हें कहा गर्म ख्यालियां नूं किसी भी कीमत पर मैं श्रोमणी कमेटी पर कब्जा नहीं कर देंगा। तीजी गल उन्हें कि मैं बादलों के भी खिलाफ मदद करांगा। तो हुण तो किंगरा साहब दसन भी बिच रह कि गया, कैप्टन साहब जाना किधर चाहते हैं? ठीक है, चलो मैं इस सवाल से वापस आवां। गुरतेज सिंह जी, जी तुहानूं कुछ समझ आया? देखो ये कैप्टन साहब बड़े स्याणे बंदे ने, और आम तौर पर इन्हों स्टेटमेंट जोड़े होंगे बहुत अच्छे होंगे,
और समझ आने वाले होंगे है। ऐतकी बारी मैं भी पंबल पूसे चा पहली गल तो यह कि यह कहते मैं मदद करांगा की मदद करे किसी की भला। देखो इन्हों का काम इस वे कानून इंप्लीमेंट करना है, जो कानून बनिया उसनों जो इंप्लीमेंट कर देन तो किसी की मदद नहीं कर रहे, वह तो कानून इंप्लीमेंट कर रहे हैं। तो जोड़े कहें मैं परसनल लैवल के उत्ते करांगा सपोर्ट करांगा वो किस तरह नाल करनगे और पिछले समय के कन्फ्यूज हो गए कैप्टन साहब कन्फ्यूज है ये मेरे ख्याल के कैप्टन साहब भी कन्फ्यूज है तो बाकी लोगों कन्फ्यूज करने की कोशिश कर रहे हैं। रेडिकल गर्म ख्याली कि थर्मामीटर है जिद पता लगता भी ये गर्म ख्याली है तो नरम ख्याली है या इस ठंडे ख्याल हैं इस गर्म ख्याल हैं। जोड़े बंदे इन हूँ गल कर रहे थे चरणजीत होरी जोड़े बंदे खाण पीण के मसले उत्ते लोगों मर जाते वो गर्म ख्याली नहीं हैं, उन्होंने रोकने वास्ते कैप्टन साहब ने की किया। जोड़े लोग इतने गोलियां चलाई जाते हैं लोगों के उत्ते गर्म ख्याली नहीं हैं, गर्म ख्याली सिर्फ वो हैं जोड़े अपने हक न्याय मंग रहे हैं, जोड़े कहते हैं भी कतल ना करो बच्चों निर्दोष बैठियां, जोड़े कहते हैं कि जिन्होंने ये कुकर्म किया उन्होंने सजा दो कानून के अनुसार, ਉਹਨਾਂ ਦੇ ਵਿੱਚ ਕੀ ਗਰਮ ਹੈ ਤੇ ਕੀ ਠੰਡਾ ਹੈ। ਚਲੋ ਮੈਂ ਇੱਕ ਛੋਟਾ ਬ੍ਰੇਕ ਲਵਾਂਗਾ, ਸਾਰਾ ਇੱਕ ਬਹਾਨਾ ਬਣਾ ਕੇ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗਾ, ਲੋਕਾਂ ਨੂੰ ਬਦਨਾਮ ਕਰਨ ਦੀ ਗੱਲ ਹੈ। ਬ੍ਰੇਕ ਤੋਂ ਵਾਪਸ ਆਵਾਂਗੇ। ਬਹਾਨਾ ਬਣਾਇਆ ਜਾ ਰਿਹਾ ਜਾਂ ਗਰਮ ਖਿਆਲੀ ਕਿਹੜੇ ਹੁੰਦੇ ਆ ਉਸਦੀ ਪਰਿਭਾਸ਼ਾ ਉਸਦੀ ਸਮਝ ਨਹੀਂ ਆ ਰਹੀ। SGPC ਵਿੱਚ ਕੈਪਟਨ ਕਿਸ ਦੇ ਖਿਲਾਫ ਹੈ ਕਿਹਾ ਸਵਾਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਨੇ ਕਿਹਾ ਬਾਦਲਾਂ ਤੋਂ ਕਬਜ਼ਾ ਛਡਾਉਣਾ ਤੇ ਗਰਮ ਖਿਆਲੀ ਨੂੰ ਹਮਾਇਤ ਦਿੰਦੇ ਨੇ ਕੀ। ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਸਵਾਲ ਇਹ ਪੁੱਛਾਂਗੇ ਜ਼ਰੂਰ SGPC 'ਚ ਕੈਪਟਨ ਕਿਸ ਦੇ ਖਿਲਾਫ। ਕੈਪਟਨ ਦੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਬਿਆਨ ਦਾ ਪੰਥਕ ਸਿਆਸਤ 'ਤੇ ਕਿੰਨਾ ਅਸਰ ਹੋਵੇਗਾ? ਹਰਜੀਤ ਸਿੰਘ ਅੰਗਰਾ, ਕਨਫਿਊਜ਼ ਕੌਣ ਹੈ ਜਾਂ ਤੁਸੀਂ ਸਾਨੂੰ ਕਨਫਿਊਜ਼ ਕਰ ਰਹੇ ਹੋ? ਕੋਈ ਕਨਫਿਊਜ਼ ਨਹੀਂ, ਤੁਸੀਂ ਦੱਸ ਦਿਓ ਨਾ ਪੰਜਾਬ ਵਿੱਚ ਇਸ ਵਕਤ ਕੌਣ ਸਰਕਾਰਮ ਹੈ ਜਿਹੜਾ ਗਰਮ ਖਿਆਲੀ ਹੈ? ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਸਿੱਖ ਸੰਸਥਾਵਾਂ ਦੋ ਬਹੁਤ ਵੱਡੀਆਂ ਨੇ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਸੀਂ ਤਾਂ ਕਹਿੰਦੇ ਹਾਂ ਪਾਕਿਸਤਾਨ ਅਤੇ ਗੁਰਦੁਆਰਾ ਗੁਰਤਾਮਾ ਜਿਹਨਾਂ ਨੂੰ ਵਿਛੋੜਿਆ ਗਿਆ ਉਹਨਾਂ ਦਾ ਵੀ ਸੇਵਾ ਸੰਭਾਲ ਦਾ ਦਾਨ ਸਾਨੂੰ ਬਖਸ਼ੋ, ਇਹਦਾ ਮਤਲਬ ਬਹੁਤ ਵੱਡੀ ਸੰਸਥਾ ਹੈ ਸਾਡੀ, ਉਹ ਅਕਾਲ ਤਖ਼ਤ ਸਾਡਾ ਉਦੋਂ ਵੱਡਾ ਸੰਸਥਾ ਹੈਗੀ ਹੈ ਹਰ ਜਿਹੜਾ ਤੁਸੀਂ ਗੋਲ ਮੋਲ ਜਾਂ ਕਿਉਂਕਿ ਮਈਆ ਦੇ ਮੈਨੂੰ 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 ਪਰਿਭਾਸ਼ਾ ਬਣਾਉਣਾ, ਤੁਹਾਨੂੰ ਡੈਫੀਨੇਸ਼ਨ ਦੇਣਾ ਦੋ ਡੈਫੀਨੇਸ਼ਨ ਪਹਿਲਾਂ ਵੀ ਤੁਸੀਂ ਡੈਫੀਨੇਸ਼ਨ ਦੇ ਰਹੇ ਹੋ, ਦੋਨਾਂ ਸੰਸਥਾਵਾਂ ਨੂੰ ਮੌਜੂਦਾ, ਮੈਂ ਵਰਡ ਮੌਜੂਦਾ ਮੋਰ ਇੰਪੋਰਟੈਂਟ ਹੈ, ਮੌਜੂਦਾ ਅਕਾਲੀ ਦਲ, ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ, ਮੌਜੂਦਾ ਅਕਾਲੀ ਦਲ ਬਾਦਲ ਐਂਡ ਕੰਪਨੀ ਨੇ ਬਹੁਤ ਢਾਲ ਆਈ ਹੈ, ਇੰਨੀ ਢਾਲ ਆਈ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕੋਈ ਵੀ ਸਿੱਖ ਦੀ ਪੜਚੋਲ ਕਰ ਲਏ ਇਹਨਾਂ ਸੰਸਥਾਵਾਂ ਨੂੰ। ਬਾਦਲ ਐਂਡ ਕੰਪਨੀ ਦੇ ਬਾਰ ਬਾਰ ਆਏ ਨੇ, ਮੈਂ ਆ ਜਾਊਂਗਾ ਨਾ, ਤੁਸੀਂ ਬਾਦਲ ਐਂਡ ਕੰਪਨੀ ਦੀ ਗੱਲ ਕਰਦੇ ਹੋ, ਮੈਂ ਸਵਾਲ ਕਰ ਰਿਹਾ ਕੋਈ ਕਾਂਗਰਸ ਜਿਨ੍ਹਾਂ ਦੀ ਕਲੀਅਰ ਨਹੀਂ ਕਰੂਗੀ ਉਹਦੀ ਨਜ਼ਰ ਦੇ ਵਿੱਚ ਗਰਮ ਖਿਆਲੀ ਕੌਣ ਹੈ? ਮੈਂ ਡਿਬੇਟ ਅੱਗੇ ਕਿਵੇਂ ਲੈ ਕੇ ਜਾਊਂਗਾ? ਇਹਨਾਂ ਤੋਂ ਇਹਨਾਂ ਲੋਕਾਂ ਤੋਂ ਅਸਰ ਹੇਠੋਂ ਸ਼੍ਰੋਮਣੀ ਮੈਂ ਸਵਾਲ ਲੈ ਜਾਂਦਾ ਤੁਹਾਡੇ ਕੋਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗਰਮ ਖਿਆਲੀ ਹੈ? ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਨਾ ਚਿਰ ਸੰਵਿਧਾਨ ਦੇ ਵਿੱਚ ਰਹਿ ਕੇ ਗੱਲ ਕਰਦਾ ਕੋਈ ਗਰਮ ਖਿਆਲ ਦੀ ਗੱਲ ਹੀ ਕੋਈ ਨਹੀਂ ਉਹਨਾਂ ਦੀ? ਗਰਮ ਖਿਆਲ ਨਹੀਂ ਹੈਗੇ ਨਾ ਉਹ, ਜਿੰਨਾ ਚਿਰ ਯੂਨਾਈਟਡ ਅਕਾਲੀ ਦਾ ਗਰਮ ਖਿਆਲੀ ਹੈ? ਮੈਂ ਕਲੀਅਰ ਕਰਾਂ, ਮੈਂ ਇੱਕ ਸਵਾਲ ਲੈ ਕੇ ਆਉਂਗਾ, ਯੂਨਾਈਟਡ ਅਕਾਲੀ ਦਾ ਗਰਮ ਖਿਆਲੀ ਹੈ? ਮੈਂ ਤੁਹਾਨੂੰ ਇਹ ਦੱਸਿਆ, ਬੈਠਾ ਬੈਠਾ ਕਿੰਗਰਾ ਗਰਮ ਖਿਆਲੀ ਹੋ ਸਕਦਾ ਹੁਣੇ ਵਿਚਾਰ ਪ੍ਰਗਟ ਕਰਕੇ? ਗਰਮ ਖਿਆਲੀ ਦਾ ਵਿਚਾਰ ਬੜੀ ਚੰਗੇ ਤਰੀਕੇ ਨਾਲ ਤੁਹਾਨੂੰ ਸਿਖਾਇਆ ਗਿਆ ਵੀ ਕਿਹੜੀ ਗੱਲ ਕਹਿਣੀ ਕਿਹੜੀ ਨਹੀਂ। ਜਿਹੜਾ ਬੰਦਾ ਇਸ ਬਰਗਾੜੀ ਮੋਰਚੇ ਵਾਲੇ ਗਰਮ ਖਿਆਲੀ ਹੈ? ਦੇਖੋ ਬਰਗਾੜੀ ਮੋਰਚੇ ਦੇ ਵਿੱਚ ਉਹ ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਸਜ਼ਾ ਦਿਓ ਜਿਹੜੇ ਬੰਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਕਨਸਪੀਰੇਸੀ ਕੀਤੀ ਹੈ, ਕਰਵਾਈ ਹੈ ਜਾਂ ਕਰਨ ਵਾਲਿਆਂ ਨੂੰ ਫੜਿਆ ਨਹੀਂ, ਇਹਦੇ 'ਚ ਮਾੜੀ ਗੱਲ ਹੈ ਕੋਈ ਨਹੀਂ? ਗਰਮ ਖਿਆਲੀ ਕੋਈ ਉਹਨਾਂ ਨੂੰ ਫੜਨਾ, ਗਰਮ ਖਿਆਲੀ ਕੋਈ ਨਹੀਂ ਫੜੇ ਜਾਣਗੇ, ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਲੱਗਦਾ ਵੀ ਨਹੀਂ ਗਰਮ ਖਿਆਲੀ ਹੈਗੇ, ਜਸਟਿਸ ਯੂਨਾਈਟਡ ਅਕਾਲੀ ਦਲ ਤੁਹਾਨੂੰ ਗਰਮ ਖਿਆਲੀ ਲੱਗਦਾ, ਬਰਗਾੜੀ ਮੋਰਚੇ ਵਾਲੇ ਤੁਹਾਨੂੰ ਗਰਮ ਖਿਆਲੀ ਨਹੀਂ ਲੱਗਦੇ? ਦੇਖੋ ਤੁਸੀਂ ਕਿੰਦੇ ਬਾਰੇ ਕਹਿ ਰਹੇ ਹੋ? ਖਿਆਲ ਜਿਹੜੇ ਗਰਮ ਖਿਆਲੀ ਹੈ ਤੁਸੀਂ ਤਾਂ ਸੁਭਾਸ਼ ਚੰਦਰ ਬੋਸ ਨੂੰ ਗਰਮ ਖਿਆਲੀ ਲੱਗਦੇ? ਗਰਮ ਖਿਆਲੀ ਹੈ ਸੁਭਾਸ਼ ਚੰਦਰ ਬੋਸ ਨੂੰ ਕਿਤਾਬਾਂ 'ਚ ਗਰਮ ਖਿਆਲੀ ਲਿਖਿਆ, ਉਹ ਆਜ਼ਾਦੀ ਦਾ ਘੁਲਾਟੀਆ ਸੀ, ਇਹਦੇ ਮਤਲਬ ਤੁਸੀਂ ਡਿਪੈਂਡ ਕਰਦਾ, ਤੁਸੀਂ ਉਵੇਂ ਹੀ ਬਿਆਨ ਦਿੱਤਾ ਪਤਾ ਹੀ ਨਹੀਂ ਕਿਸੇ ਨੂੰ ਕੁਝ, ਗਰਮ ਖਿਆਲੀ ਹੈ ਕੌਣ? ਨਹੀਂ ਇਹ ਡਿਪੈਂਡ ਕਰਦਾ ਕਿਸ ਵੇਲੇ ਤੁਸੀਂ ਕੀ ਬਿਆਨ ਦਿੰਦੇ ਹੋ, ਬਹੁਤ ਸੋਚ ਸਮਝ ਕੇ ਚੱਲਦੇ ਪਏ ਹੋ ਤੁਸੀਂ, ਬਹੁਤ ਕਿਸ ਵੇਲੇ ਤੁਸੀਂ ਕੀ ਬੋਲਦੇ ਹੋ? ਜਿਵੇਂ ਸਿਆਸਤ ਨੂੰ ਸੂਟ ਕਰਦਾ ਹੋਵੇ ਗਰਮ ਖਿਆਲੀ, ਨਹੀਂ ਤਾਂ ਨਰਮ ਹੋ ਜਾਂਦੇ ਹੋ, ਮੋਡਰੇਟ ਹੋ ਜਾਂਦੇ ਹੋ ਤੁਸੀਂ। ਕੈਪਟਨ ਜਨਰਲ ਸਿੱਧੂ, ਤੁਹਾਨੂੰ ਵੀ ਕਿਹਾ ਸੀ ਗਰਮ ਖਿਆਲੀ ਹੈ ਤੁਸੀਂ, ਸ਼੍ਰੋਮਣੀ ਅਕਾਲੀ ਦਲ ਨੇ ਤੁਹਾਨੂੰ ਕਿਹਾ ਸੀਗਾ? ਮੈਂ ਉਹਦਾ ਅਜੇ ਤਾਂ ਪਿੱਛੇ ਸਟੇਟਮੈਂਟ ਆਈ ਹੈ, ਮੈਂ ਉਹਦਾ ਜਵਾਬ ਦੇਤਾ ਸੀਗਾ, ਸਾਰਿਆਂ ਨੇ ਸੁਣ ਹੀ ਲਿਆ ਕਿ ਕਿੱਡਾ ਕੁ ਮੈਂ ਗਰਮ ਖਿਆਲੀ ਹਾਂ ਅਤੇ ਕਿੱਡੇ ਕੁ ਉਹ ਦੇਸ਼ ਭਗਤ ਨੇ, ਉਹ ਬੜੀ ਕਲੀਅਰ ਗੱਲ ਹੋ ਚੁੱਕੀ ਹੋਈ ਹੈ। ਪਰ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਿਆਨ 'ਤੇ ਆ ਰਿਹਾ ਕਿ ਇਹ 100% ਇਹਨੇ ਕਲੀਅਰ ਕਰਤਾ ਵੀ ਇਹ ਜਿਹੜੇ ਸਾਨੂੰ ਗਰਮ ਖਿਆਲੀ ਹੈ ਕਰਾਰ ਦੇ ਕੇ ਉਹਨੇ ਡਿਕਲੇਅਰ ਕਰਤਾ ਵੀ ਤੁਹਾਨੂੰ ਕਦੀ ਵੀ ਮੈਂ SGPC ਦੇ ਕਬਜ਼ਾ ਨਹੀਂ ਕਰਨ ਦਿਆਂਗਾ, ਉਹਨੇ ਸਾਫ਼ ਸ਼ਬਦਾਂ 'ਚ ਕਿਹਾ ਕਬਜ਼ਾ ਨਾ ਇਸਤੇਮਾਲ ਕਰੋ, ਕਬਜ਼ਾ ਮਤਲਬ ਕਬਜ਼ਾ ਨਾ ਇਸਤੇਮਾਲ ਕਰੋ, ਉਹਨਾਂ ਨੇ ਕਬਜ਼ਾ ਕਿਹਾ ਹੈ, ਮੰਤਰੀ ਨੂੰ ਵੀ ਕਹਿਣਾ ਸੀ ਨਾ, ਉਹਨੇ ਕਬਜ਼ਾ ਕਿਹਾ ਹੈ ਅਮਰਿੰਦਰ ਸਿੰਘ ਨੇ, ਇਹ ਕੋਈ ਜ਼ਮੀਨ ਹੈ ਅਮਰਿੰਦਰ ਸਿੰਘ ਨੇ ਕਬਜ਼ਾ ਕਿਹਾ ਹੁਣ? ਅੱਛਾ ਦੂਜੀ ਗੱਲ ਇਹ ਹੈ ਕਿ 100% ਸਾਨੂੰ ਯਕੀਨ ਹੈ ਕਿ ਬਾਦਲ ਪਰਿਵਾਰ ਦੀ ਮਦਦ ਕਰੇਗਾ ਔਰ ਇਹ ਡਟ ਕੇ ਮਦਦ ਕਰਨਗੇ,
और ये सानू पछाड़न की कोशिश करनगे। ये साफ सानू क्लीयर हो गया। गर्म ख्याली तुहानू सारयां नू किहा, तुहाडे नाल कौन कौन होर किहनू किहनू किहा? साडे नाल सारे ही ने जिन्ने बरगाड़ी बैठे। तो बरगाड़ी वाले सारयां नू गर्म ख्याली कहता तुहानू? कहता। चरण सिंह बराड़, तुसीं इह स्टेटमेंट नाल इतफाक रखदे हो, क्योंकि श्रोमणी अकाली दल भी इह गल कहिंदा इह नहीं कहिंदा? इह स्टेटमेंट श्रोमणी अकाली दल बरगाड़ी मोर्चे वालों गर्म ख्याली कहिंदा जां नहीं कहिंदा? कैप्टन अमरिंदर सिंह ने इह स्टेटमेंट ते खड़ना नहीं, उन्हें आखिरी दम तक कोशिश करनी है कि श्रोमणी अकाली दल तो किस तरीके कमेटी जिहड़ी आ खोई जावे, किसे दी भी मदद करनी पई है। मैं तुहानूं पहलां दस दिंदा, सानूं कोई जायदाद नहीं, तुहाडी कोई जायदाद खोली है? तुहाडे नाल रजिस्ट्री होई नहीं है? कोई नहीं, एक मिनट, मैं तुहाडे विच नहीं बोलिया, कोई नहीं, मैनूं एक मिनट हरदीप सिंह करा, मैं सारे नूं भी बोलणा, मैं सारे थोड़ा जवाब लूं, हां बोलो, मैनूं गल कर लैन दिओ। पहली गल यह कि कांग्रेस का इतिहास रहा और कोशिश करूगी जिन्ना मर्जी सिखां दे विच पाड़ा पाया जाए, जिन्ना मर्जी कोशिश करूगी कब्जा कराने की, क्योंकि कब्जा शब्द ही वरत रहे हैं। यह तो कब्जे शब्द से बोले है ना किंगरा साहब, क्योंकि पढ़े लिखे है इन्होंने मंत्रियों ने सारे ने विधानसभा कब्जा शब्द बोलिया, प्रोसीडिंग का हिस्सा है। अज कैप्टन साहब ने खुद ने कब्जा बोलिया। एक दूजी गल मैं बेनती करा किंगरा साहब की गलते मैं एक तो थोड़ा जहा रंज है भी होर कोई कहे तो कहे कोई कि जिहड़ा एस डी पी सी ते जिहड़ा श्री अकाल तख्त साहब नू इन्हां ने ढाल लाई है, जिहड़े ढाउण वाले लोग वह गल्लां करने हैं। घट्टो घट्ट कांग्रेस पार्टी जिन्हें श्री अकाल तख्त साहब नू ढा ढेरी किया, हजारां सिखां दा कतलेआम किया, वह तो ना ना ये गल करे। इस करके मैं बेनती इस गल की करूँगा, जदों वोटां आउणगियां पहलां भी वोटां नंगे धड़ पैंदियां गां भी पैणगियां, जे लोग सानू पछाड़ देणगे तां जिवें हुण सरकार चों पासे बैठे सी बैठे बैठ जांगे, पर मैनूं इक गल दा पूरा भरोसा है कि लोग कांग्रेस के जिहड़े जिहड़े भी पिट्ठू लोग आउणगे उन्हां नूं नहीं मन्नणगे, होर किसे नूं भी मन्न सकदे। चंजी बराड़, मेरे सवाल का जवाब नहीं दिता, मैं सवाल बड़ा सीधा करता हुंदा, मैं सवाल यह किया श्रोमणी अकाली दल बरगाड़ी मोर्चे वालों गर्म ख्याली मानदा। देखो मैं एक गल कहां कि असीं दादूवाल साहब के फंडां ते गल उठाई है, उहदी पड़ताल सेंट्रल गवर्नमेंट करे जां पंजाब गवर्नमेंट करे, जे कोई गलत होया तां असीं कहांगे भी भाई ये गलत है, जो असीं इल्जाम लाए उहदा कोई सरकार कोई जिहड़ी हैगी आ उह कर नहीं रही। बाकी जिहड़ी संगत उत्थे जांदी है जां बाकी बैठे है जिहड़े कॉज लई बैठे है वह कॉज माड़ा नहीं है, एक गल मैं तुहानूं क्लीयर कर दिया, पर जे उहदे नां ते सियासत होनी शुरू हो गई कि बादलां नूं फड़ के अंदर कर दो, एक गल की समझ नहीं आउंदी भी साडे राज भाग च वापर गया, यह साडे मत्थे ते कलंक लै गया कि साडे राज भाग च वापरना ही नहीं सी चाहीदा, जे वापर गया नहीं फड़े गए मन ली गल, पर जे कोई आखे भी इन्हां ने कराता हुण उत्थे 24 घंटे स्टेज ते मेरे सवाल दा जवाब हजे भी नहीं, मेरा 100% मैं सवाल बड़ा सीधा करदा चंजी बराड़, मैं घुमा के करदे नहीं सवाल, मैं सवाल सीधा करदा श्रोमणी अकाली दल नूं बरगाड़ी मोर्चे वाले गर्म ख्याली लगदे आ जां नहीं? मैं एक बेनती करदे आ कि जिहड़े दो नंबर दे फंड आए आ उहनां दा सानूं जरूर लगदे आ ओह। अच्छा एक मिंट चलो, नहीं मेरा सवाल दा जवाब नहीं, गुरतेज सिंह कर रहे हैं। दूजे जिहड़े लोक जिहड़े सारे जांदे आ गुरु साहिब दे नां ते जांदे आ, इंसाफ मंगण जांदे आ, ते उहदे च कोई परिभाषा तो बड़ा पंगा है गर्म ख्याली, क्योंकि जो आप बहस हिस्सा लेने उदो औखा हो जाता परिभाषित किवें करिए, जो असं कल्या ने बोलना होंगे कैमरे के अगे असं खुल के कहने गर्म ख्याली ने आ किया, हूँ गर्म ख्याली की परिभाषा देने लगे पता नहीं सानू की हो गया। देखो गल ये हैगी कि यह सारा उन्होंने बयान ही शुरू तो ही गलत है, इस बयान दे विच कोई भी गल ऐसी नहीं जिहड़ी कि वह कर सकते हैं। हुण ये कहिंदे ने कि जी मैं उन्होंने मदद करांगा, उन्होंने कब्जा नहीं कर देंगा, ये संगत ने वोटां पाउणियां किसनू वह पाउंदे ने किसनू नहीं पाउंदे, जिहड़े बंदे नू जिन्हां नू लोकां नू वोट पा देणगे वह लोग उत्थे बन जाणगे एस जी पी सी के मैंबर, एक कप्तान साहब की कर सकते हैं वो। गुरतेज सिंह खुद गर्म ख्याली है? देखो गर्म ख्याली जे तो तुसी कहो भी जिहड़े इंसाफ मंगते हैं मैं उन्होंने हिस्सा, मैं सारी दुनिया के उत्ते कोई भी इंसाफ मंगता मैं वो नाल हाँ, जे इस गर्म ख्याली समझ तो गर्म ख्याल है ये, तो जे इस एक डेमोक्रेसी का मुढ़ला असूल मानते हो कि हर एक आदमी का हक है कि उस न्याय होवे और उस धक्का ना हो, कानून के अनुसार वर्तारा होवे, खाम खा जाके कोई सर आराम बैठे बच्चों के सर गोलियां ना मारे तो फिर कहते हो। चलो एक और छोटा ब्रेक लवा, ब्रेक तो वापस आवेंगे। पंजाब पंथक सियासत कौन करता पाया, सवाल बड़ा महत्वपूर्ण है। कैप्टन अमरिंदर सिंह ने गल कही है कांग्रेस धर्म की सियासत नहीं करती, ब्रेक तो वापस आके ये सवाल पूछेंगे जरूर, इसका मतलब है कि कैप्टन के श्रोमणी कमेटी की चोणों बारे बयान का पंथक सियासत से कितना असर होगा? गुरतेज सिंह जी, पंथक सियासत से कोई असर होगा कैप्टन अमरिंदर सिंह के इस बयान का? यह बिल्कुल ही निरार्थक बयान दिता उन्होंने, इसका कोई असर नहीं हो सकता, क्योंकि एस जी पी सी दोणों के कदे भी किसी पार्टी कांग्रेस पार्टी खास तौर के उत्ते कदे लोगों ने महत्ता नहीं दिती।
1960 ਦੀਆਂ ਚੋਣਾਂ ਮੈਨੂੰ ਯਾਦ ਹੈ ਜਦੋਂ ਕਿ ਬੜੇ ਜ਼ੋਰ ਸ਼ੋਰ ਨਾਲ ਪ੍ਰਤਾਪ ਸਿੰਘ ਕੈਰੋ ਨੇ ਬਣਾਇਆ ਸੀ ਕਿ ਸਾਧ ਸੰਗਤ ਬੋਰਡ ਬਣਾ ਕੇ ਅਤੇ ਚੋਣਾਂ ਦੇ ਵਿੱਚ ਇੰਟਰਵੀਨ ਕੀਤਾ ਸੀ। ਲੇਕਿਨ ਉਸ ਵੇਲੇ ਉਹਨਾਂ ਨੂੰ 4 ਸੀਟਾਂ ਮਿਲੀਆਂ ਸੀ ਸਾਰੀਆਂ 130 ਦੇ ਵਿੱਚੋਂ। ਗੁਰਦੇਵ ਸਿੰਘ ਜੀ, ਤੁਸੀਂ ਠੀਕ ਕਹਿ ਰਹੇ ਹੋਵੋਗੇ ਕਾਂਗਰਸ ਨੂੰ ਮਹੱਤਵ ਨਹੀਂ ਦਿੱਤਾ, ਪਰ ਕਾਂਗਰਸ ਨੂੰ ਇਸ ਵਕਤ ਲੱਗਦਾ ਪਿਆ ਹੈਗਾ ਕਿ ਪੰਥਕ ਏਜੰਡਾ ਸਾਡੇ ਕੋਲ ਆ ਸਕਦਾ, ਮੌਕਾ ਹੈਗਾ ਕਾਂਗਰਸ ਨੂੰ ਲੱਗਦਾ ਪਿਆ। ਨਹੀਂ, ਕਾਂਗਰਸ ਕੋਲ ਕਿਸ ਤਰ੍ਹਾਂ ਆ ਸਕਦਾ? ਕਾਂਗਰਸ ਆਪਣੇ ਜਿਹੜੇ ਇੱਕ ਸੈਕੂਲਰ ਦੇ ਅਸੂਲ ਹੈਗੇ ਉਹਨਾਂ ਨੂੰ ਛੱਡੇ ਤਾਂ ਹੀ ਆ ਸਕਦਾ ਨਾ। ਅੱਛਾ, ਇੱਥੇ ਨਹੀਂ, ਫਿਰ ਇਹਦਾ ਮਤਲਬ ਇਹ ਕੀ ਹੈ? ਕਾਂਗਰਸ ਕੁਛ ਹੋਰ, ਕੈਪਟਨ ਕੁਛ ਹੋਰ? ਇਹ ਕੈਪਟਨ ਸਾਹਿਬ, ਮੈਨੂੰ ਇਹ ਚੀਜ਼ ਵੀ ਸਮਝਾ ਦਿਓ ਨਾ ਗੁਰਦੇਵ ਸਿੰਘ। ਇਹ ਡਿਸਟਿੰਕਸ਼ਨ ਤਾਂ ਹੈ ਥੋੜ੍ਹਾ ਜਿਹਾ, ਅਸੀਂ ਲੋਕਾਂ ਨੇ ਵੀ ਜਦੋਂ ਸਪੋਰਟ ਕੀਤਾ ਸੀ ਆਮ ਆਦਮੀ ਪਾਰਟੀ ਨੂੰ ਇੱਕ ਇਲੈਕਸ਼ਨ ਦੇ ਵਿੱਚ, MP ਦੇ ਇਲੈਕਸ਼ਨ ਦੇ ਵਿੱਚ, ਤਾਂ ਉਸ ਵੇਲੇ ਅਸੀਂ ਕੈਪਟਨ ਨੂੰ ਸਪੋਰਟ ਕੀਤਾ ਸੀਗਾ ਵੀ ਇਹ ਇਸ ਬੰਦੇ 'ਤੇ ਐਕਸੈਪਸ਼ਨ ਹੋਣਾ ਚਾਹੀਦਾ, ਕਿਉਂਕਿ ਇਹਨਾਂ ਨੇ ਇੱਕ ਕੁਰਬਾਨੀ ਕੀਤੀ ਸੀ ਕੌਮ ਵਾਸਤੇ। ਇਹਨਾਂ ਨੇ 1984 ਦੇ ਵਿੱਚ ਜਿਹੜਾ ਇਹ ਮਸਲਾ ਉੱਠਿਆ ਸੀਗਾ ਔਰ ਹਮਲਾ ਹੋਇਆ ਸੀ, ਉਸ ਦੇ ਵਿੱਚ ਇਹਨਾਂ ਨੇ ਆਪਣੇ ਅਸਤੀਫਾ ਦਿੱਤਾ ਸੀ। ਉਸ ਦੀ ਕਦਰ ਕਰਦਾ ਸੀ ਸਾਰਾ ਪੰਜਾਬ ਔਰ ਕਰਦਾ ਹੈ, ਅੱਜ ਵੀ ਕਰਦਾ। ਅਸੀਂ ਮਲੇਰਕੋਟਲੇ ਦੇ ਨਵਾਬ ਨੇ ਹਾਦਾ ਨਾਰਾ ਮਾਰਿਆ ਸੀ, ਉਹਦੀ ਵੀ ਕਦਰ ਕਰਦੇ ਹਾਂ। ਮੈਨੂੰ ਇਹ ਸਵਾਲ ਯਾਦ ਹੋ ਗੁਰਦੇਵ ਸਿੰਘ, ਇਸ ਕਰਕੇ ਸਿਰਫ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਉਲਟ ਚੱਲਦੇ ਪਏ ਆ, ਜਾਂ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦੇ ਆ ਪਾਰਟੀ ਨੂੰ ਉਹ ਕਰਨਾ ਪੈ ਰਿਹਾ? ਨਹੀਂ, ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ ਕਹਿ ਰਹੇ ਹੋ ਨਾ ਕਾਂਗਰਸ ਹੈ ਜਿਹੜੀ ਸੈਕੂਲਰ ਹੈ। ਹਾਂ, ਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਕੁਝ ਹੋਰ ਕਹਿੰਦਾ? ਨਹੀਂ, ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਕੁਛ ਨਹੀਂ ਕਹਿੰਦਾ। ਕੈਪਟਨ, ਮੈਂ ਤਾਂ ਵਾਰ ਵਾਰ ਬੇਨਤੀ ਇਹੀ ਕਰ ਰਿਹਾ ਕਿ ਕੈਪਟਨ ਸਾਹਿਬ ਦਾ ਬਿਆਨ ਇਹ ਬਿਲਕੁਲ ਹੀ ਇੱਕ ਸਮਝ ਤੋਂ ਬਾਹਰ ਹੈ ਔਰ ਕਿਸੇ ਪਾਸਿਓਂ ਵੀ ਕਿਸੇ ਵਿਵਸਥਾ ਦੇ ਨਾਲ ਜੁੜਦਾ ਨਹੀਂ ਹੈ। ਉਹਨਾਂ ਨੇ ਕਹਿ ਤਾ, ਹੁਣ ਤੁਸੀਂ ਜੇ ਤੁਸੀਂ ਕਿਸ ਤਰ੍ਹਾਂ ਨਾਲ ਸਪੋਰਟ ਕਰੋਗੇ, ਤੁਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਪੈਸੇ ਦਿਓਗੇ, ਤੁਸੀਂ ਉਹਨਾਂ ਨੂੰ ਵੋਟਰ ਦਿਓਗੇ, ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਸ਼ਾਸਨ ਨੂੰ ਕਹੋਗੇ ਵੀ ਤੁਸੀਂ ਵੋਟ ਪਾਓ ਇਹਨਾਂ ਦੇ, ਕਿਸ ਤਰ੍ਹਾਂ ਨਾਲ ਸਪੋਰਟ? ਇਹ ਸਵਾਲ ਬੜਾ ਮਹੱਤਵਪੂਰਨ, ਹਰਦੀਪ ਸਿੰਘ ਇੰਗਰਾ, ਇਸ ਸਵਾਲ ਦਾ ਜਵਾਬ ਬੜਾ ਸਿੱਧਾ ਦਿਓ, ਕਿਵੇਂ ਸਪੋਰਟ ਕਰੋਗੇ ਤੁਸੀਂ? ਇਹਦਾ ਸਿੱਧਾ ਜਵਾਬ ਹੈ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਨੇ, ਪਰ ਕੈਪਟਨ ਅਮਰਿੰਦਰ ਸਿੰਘ ਇੱਕ ਸਿੱਖ ਨੇ ਅਤੇ ਸਿੱਖਾਂ ਦੀਆਂ ਵੋਟਾਂ ਭਾਵੇਂ ਉਹ ਕਿਸੇ ਪਾਰਟੀ ਦੇ ਹੋਣ, ਭਾਵੇਂ ਉਹ ਕਾਮਰੇਡ ਹੋਣ, ਭਾਵੇਂ ਉਹ ਕਾਂਗਰਸੀ ਹੋਣ, ਭਾਵੇਂ ਉਹ ਅਕਾਲੀ ਹੋਣ, ਭਾਵੇਂ ਉਹ ਆਮ ਆਦਮੀ ਪਾਰਟੀ ਤੋਂ, ਭਾਵੇਂ ਉਹ ਕਿਸੇ ਪਾਰਟੀ ਨੂੰ ਬੁਲਾਉਣ, ਹਰ ਸਿੱਖ ਜਿਹੜਾ ਹੈ ਜਿਹੜਾ ਆਪਦੀ ਵੋਟ ਬਣਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੋਟ ਪਾ ਸਕਦਾ। ਇਸ ਕਰਕੇ ਹਰਦੀਪ ਸਿੰਘ ਇੰਗਰਾ ਕਾਂਗਰਸ ਹੁੰਦਿਆਂ ਹੋਇਆਂ ਵੀ ਕਿਸੇ ਬੰਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਪੋਰਟ ਕਰ ਸਕਦਾ, ਸਿੱਖ ਹੋਣ ਦੇ ਵੋਟਰ ਹੋਣ ਦੇ ਨਾਤੇ। ਦੋਨਾਂ ਵੋਟਰਾਂ ਦੀ ਸੂਚੀਆਂ ਅੱਡ ਅੱਡ ਹੈ। ਕਿਹਨੂੰ ਸਪੋਰਟ? ਵੋਟਰਾਂ ਦੀ ਸੂਚੀਆਂ ਅੱਡ ਅੱਡ ਹੈ, ਭਾਰਤ ਦੇ ਸੰਵਿਧਾਨ ਦੀਆਂ ਜਿਹੜੀਆਂ ਵੋਟਰਾਂ, ਪਾਰਲੀਮੈਂਟ ਦੀ ਸੂਚੀ ਤੇ MLA ਦੀ ਸੂਚੀ ਅੱਡ ਹੈ ਤੇ SGPC ਦੀ ਵੋਟਰ ਸੂਚੀ ਅੱਡ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਦੋਨਾਂ ਵੋਟਰ ਸੂਚੀਆਂ ਦੇ ਵਿੱਚ ਹੈ, ਇੱਕ ਵੋਟਰ ਸੂਚੀ ਦੇ ਵਿੱਚ ਉਹ ਕਾਂਗਰਸ ਦੇ ਨੁਮਾਇੰਦੇ ਤੌਰ ਤੇ ਹੈ, ਇੱਕ ਵੋਟਰ ਸੂਚੀ ਦੇ ਵਿੱਚ ਉਹ ਸਿੱਖ ਦੇ ਤੌਰ ਤੇ ਹੈ, ਦੋਨਾਂ ਚ ਅੱਡ ਅੱਡ ਦੇ ਵਿਚਾਰ ਹੋ ਸਕਦੇ ਆ, ਐਡੀ ਕਿਹੜੀ ਗੱਲ ਹੈ? ਸਪੋਰਟ ਕਿਹਨੂੰ ਕਰੋਗੇ? ਫਿਰ ਉਹੀ ਗੱਲ, ਜਿਹਨੂੰ ਠੀਕ ਸਮਝਾਂਗੇ ਇਹ ਤਾਂ ਉਦੋਂ ਦੇਖਾਂਗੇ ਕਿ SGPC ਦੀਆਂ ਚੋਣਾਂ ਵਿੱਚ ਕੋਈ ਦਰਿਆ ਆਏਗਾ ਉਦੋਂ ਪੁਲ ਬਣ ਜਾਏਗਾ ਭਾਈ, ਪੁਲ ਬੋਟੇ ਤੇ ਚੱਕ ਕੇ ਕਿਵੇਂ ਤੁਰੇ ਫਿਰੀਏ? ਕੈਪਟਨ ਜਨਰਲ ਸਿੱਧੂ, SGPC ਦੀਆਂ ਚੋਣਾਂ ਵਿੱਚ ਗਰਮ ਖਿਆਲੀ ਤਾਂ ਖੜੇ ਨਹੀਂ ਹੋਣਗੇ ਹੁਣ? ਅਸੀਂ ਤਾਂ ਬੇਨਤੀ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਬਾਦਲਾਂ ਦੀ ਹੀ ਸਪੋਰਟ ਕਰੇ ਤੇ ਬੜੀ ਅੱਛੀ ਗੱਲ ਹੋਏਗੀ, ਆਪਦੇ ਮੰਤਰੀਆਂ ਨੂੰ ਵੀ ਸਮਝਾ ਦੋ। ਤੁਹਾਨੂੰ ਐਂ ਕੋਈ ਲੱਗਦਾ ਪਿਆ ਕੈਪਟਨ ਨੇ ਬਾਦਲਾਂ ਨੂੰ ਸਪੋਰਟ ਕਰ ਰਿਹਾ? ਇਹ ਜਿਹੜਾ ਸ਼ੋਸ਼ਾ ਜਿਹੜਾ, ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਬਾਦਲ ਮੋਡਰੇਟ ਨਹੀਂ ਹੈਗੇ, ਬਾਦਲ ਮੌਕਾ ਪ੍ਰਸਤ ਹੈ। ਇੱਕ ਮਿੰਟ, ਮੈਂ ਤਾਂ ਇਹ ਕਹਿ ਰਿਹਾ ਕਿ ਇਹ ਸਾਰਾ ਮੁੱਦਾ ਸ਼ੋਸ਼ਾ ਇਹਨੇ ਛੱਡਿਆ ਹੈ ਕਿ ਬਰਗਾੜੀ ਦਾ ਜਿਹੜਾ ਐਕਸ਼ਨ ਲੈਣਾ ਉਹਨੂੰ ਟਾਲਿਆ ਜਾਵੇ। ਇਹ ਸਾਈਡ ਟਰੈਕ ਕਰ ਰਿਹਾ। ਇੱਕ ਪਹਿਲਾਂ ਤਾਂ ਕਹਿੰਦੇ ਡੇਢ ਸਾਲ ਤਾਂ ਲੱਗੇ ਰਹੇ, ਵਿਕਰਮ ਸਿੰਘ ਮਜੀਠੀਏ ਨੂੰ ਜਦ ਤੱਕ ਅੰਦਰ ਨਹੀਂ ਕਰਾਂਗੇ ਅਸੀਂ ਅਸਤੀਫੇ ਦੇ ਦਿਆਂਗੇ, ਵਿਕਰਮ ਸਿੰਘ ਮਜੀਠੀਏ ਨੂੰ ਅੰਦਰ ਨਹੀਂ ਕਰਾਂਗੇ ਅਸੀਂ ਅਸਤੀਫਾ, ਉਹ ਤਾਂ ਗਿਆ ਕੰਮ। ਫਿਰ ਕਹਿੰਦੇ ਬਰਗਾੜੀ ਕਾਂਡ ਵਾਲਿਆਂ ਨੂੰ ਅੰਦਰ ਨਹੀਂ ਕਰਨਗੇ, ਅਸੀਂ ਸ਼੍ਰੋਮਣੀ ਕਮੇਟੀ ਖੋਲਾਂਗੇ, ਅਸੀਂ ਅਕਾਲ ਤਖ਼ਤ 'ਤੇ ਕਬਜ਼ਾ ਕਰ ਲਾਂਗੇ, ਉਹ ਵੀ ਕੰਮ ਗਿਆ। ਹੁਣ ਇਹ ਨਵੀਂ ਗੱਲ ਆ ਗਈ, ਅਸੀਂ ਸ਼੍ਰੋਮਣੀ ਕਮੇਟੀ ਇਲੈਕਸ਼ਨਾਂ 'ਚ ਰੈਡੀਕਲ ਨੂੰ ਨਹੀਂ ਸਪੋਰਟ ਕਰਾਂਗੇ। ਅਰੇ ਭਾਈ, ਤੂੰ ਪਹਿਲਾਂ ਜਿਹੜੇ ਉੱਥੇ ਬੈਠੇ ਨੇ 6 ਮਹੀਨੇ ਹੋ ਗਏ, ਤੂੰ ਪਹਿਲਾਂ ਉਹਨਾਂ ਨੂੰ ਤਾਂ ਇਨਸਾਫ ਦੇ, ਉਸ ਗੱਲ ਨੂੰ ਕਰ ਪਹਿਲਾਂ, ਬਾਅਦ ਸ਼੍ਰੋਮਣੀ ਕਮੇਟੀ 'ਤੇ ਆਵਾਂਗੇ। ਤੁਹਾਨੂੰ ਲੱਗਦਾ ਕਿ ਉਸ ਮੋਰਚੇ ਨੂੰ ਸਬੋਟਾਜ ਕਰਨ ਲਈ ਸਰ? ਬਿਲਕੁਲ ਸਬੋਟਾਜ ਹੋ ਰਿਹਾ। ਬਿਲਕੁਲ, ਐਂ ਕਿਉਂ ਲੱਗਦਾ ਮੈਨੂੰ? ਐਂ ਇਸ ਕਰਕੇ ਲੱਗ ਰਿਹਾ ਕਿ ਇੱਕ ਤਾਂ ਸਾਰਿਆਂ ਨੂੰ ਉਹਨੇ ਕਰਤਾ ਰੈਡੀਕਲ ਡਿਕਲੇਅਰ, ਕਿਉਂਕਿ ਜਿਹੜੇ ਇਨਸਾਫ਼ ਦੀ ਮੰਗ ਕਰ ਰਹੇ ਇੱਕ ਤਾਂ ਸਾਰੇ ਰੈਡੀਕਲ ਹੋ ਗਏ। ਤੁਹਾਨੂੰ ਐਂ ਕਿਉਂ ਲੱਗਦਾ ਕਿ ਬਰਗਾੜੀ ਮੋਰਚੇ ਵਾਲਿਆਂ ਸਾਰਿਆਂ ਨੂੰ ਰੈਡੀਕਲ ਕਿਹਾ? ਕਹਿ ਰਿਹਾ ਨਾ, ਹੋਰ ਰੈਡੀਕਲ ਕਿਹਾ? ਹੋਰ ਰੈਡੀਕਲ ਕੌਣ? ਨੋ ਨੋ, ਕਦੇ ਨਹੀਂ। ਫਿਰ ਰੈਡੀਕਲ ਕੌਣ ਹੈ ਦੱਸੋ ਨਾ ਤੁਸੀਂ, ਰੈਡੀਕਲ ਹੈ ਹੀ ਕੋਈ? ਜਵਾਬ ਦਿਓ ਨਾ ਤੁਸੀਂ, ਉਹਨਾਂ ਨੂੰ ਤਾਂ ਲੱਗੂਗਾ। ਸਾਨੂੰ ਕਿਹਾ? ਸਾਨੂੰ ਕਿਹਾ? ਸਪਸ਼ਟ ਕਿਉਂ ਨਹੀਂ ਕਰਦੇ? ਰੈਡੀਕਲ ਹੈ ਇਹ, ਵਿਚਾਰਾਂ ਦੇ ਨਿਰਭਰ ਕਰਦਾ, ਇਹ ਤਾਂ ਸੌਫਟਵੇਅਰ ਹੈ, ਹਾਰਡਵੇਅਰ ਥੋੜੀ ਹੈ ਕੋਈ ਰੈਡੀਕਲ।
ਰੈਡੀਕਲ ਇਜ਼ ਅ ਸੌਫਟਵੇਅਰ, ਇਟ ਇਜ਼ ਦ ਵਿਊ ਆਫ ਦ ਪਰਸਨ। ਵਿਚਾਰ ਤਾਂ ਸਰੇ ਸਾਹਮਣੇ ਹੈ ਚੰਦੀਪ ਰਾੜ ਦਾ, ਦੁਬਦਾ ਫਸਾਦਾ ਤੁਸੀਂ ਸਾਰਿਆਂ ਨੇ, ਪਤਾ ਨਹੀਂ ਤੁਸੀਂ ਪਹਿਲਾਂ ਹੀ ਸੋਚ ਕੇ ਆਏ ਸੀਗੇ ਵੀ ਆ ਜਵਾਬ ਦੇਣਾ ਕੋਈ ਨਹੀਂ, ਜਿੰਨਾ ਮਰਜ਼ੀ ਪੁੱਛੀ ਜਾਓ। ਨਹੀਂ ਬਿਹਤਰੀ ਤਾਂ ਮੈਂ ਤਾਂ ਪਹਿਲਾਂ ਮੰਗ ਕਰਤੀ ਹੈ ਕਿ ਕੈਪਟਨ ਸਾਹਿਬ ਨੂੰ ਇੱਕ ਲਿਸਟ ਜਾਰੀ ਕਰਨੀ ਚਾਹੀਦੀ ਹੈ ਕਿ ਆਹ ਰੈਡੀਕਲ ਹੈਗੇ ਆ, ਇਹਨਾਂ ਦਾ ਸਾਥ ਕੋਈ ਵੀ ਨਾ ਦਿਓ, ਜੋ ਕਿ ਉਹਨਾਂ ਦੀ ਬੈਡ ਐਲੀਮੈਂਟ ਹੈ ਤਾਂ ਉਹਨਾਂ ਦੀ ਨਾਲ ਪਰਿਭਾਸ਼ਾ ਦੱਸਣ ਵੀ ਆਹ ਇਹਨਾਂ ਚੌਗਣ ਹੈ, ਇਹ ਉਹਨਾਂ ਨੂੰ ਕਰਨੀ ਪਊਗੀ, ਹੋਰ ਕਿਸੇ ਨੇ ਨਹੀਂ ਕਰਨੀ। ਮੈਨੂੰ ਇਹ ਲੱਗਦਾ ਕਿਉਂਕਿ ਕਿੰਗਰਾ ਸਾਹਿਬ ਵੀ ਬਚ ਬਚਾ ਕੇ ਨਿਕਲ ਗਏ ਆ, ਦੂਜੀ ਮੈਂ ਬੇਨਤੀ ਕਰਾਂ ਕੈਪਟਨ ਸਾਹਿਬ ਦੀ, ਮੈਨੂੰ ਇੱਕ ਬੇਨਤੀ ਹੈ ਜੀ, ਤੁਸੀਂ ਵਿੱਚ ਨਾ ਬੋਲਿਆ ਕਰੋ, ਸੀਨੀਅਰ ਹੋ, ਮੈਂ ਤੁਹਾਨੂੰ ਵਾਰੀ ਵਾਰੀ ਟੋਕਦਾ, ਚੰਗਾ ਕਿਰਪਾ ਕਰਕੇ। ਦੂਜੀ ਮੈਂ ਬੇਨਤੀ ਕਰਦੇ ਹਾਂ, ਜਿਵੇਂ ਕੈਪਟਨ ਸਾਹਿਬ ਨੇ ਸਰ ਚੰਨਣ ਸਿੰਘ ਜੀ ਨੇ ਗੱਲ ਕਹੀ ਹੈ, ਵਿਕਰਮ ਜੀ ਦਾ ਨਾਂ ਲੈਤਾ, ਬਾਦਲਾਂ ਦਾ ਲੈਤਾ, ਫਲਾਨਾ ਕਰਤਾ, ਜਿਵੇਂ ਇਹਨਾਂ ਦੀ ਆਦਤ ਹੈ ਸਾਰਿਆਂ ਦੀ ਲੈਣ ਦੀ, ਮੇਰੀ ਇੱਕ ਬੇਨਤੀ ਹੈ ਕਿ ਨਫ਼ਰਤ ਵੇਖੋ ਕਿਵੇਂ ਮਨ ਚੋਂ ਨਿਕਲਦੀ ਹੈ। ਕੋਈ ਗਿਲਟੀ ਕਰਾਰ ਹੋਵੇ ਤਾਂ ਕਾਨੂੰਨ ਉਹਨੂੰ ਅੰਦਰ ਕਰੇ, ਇੱਕੋ ਹੀ ਨਾਰਾ ਕਿ ਫਲਾਣਿਆਂ ਨੂੰ ਫੜ ਕੇ ਅੰਦਰ ਦੇ ਦਿਓ, ਫਲਾਣਿਆਂ ਨੂੰ ਫੜ ਕੇ ਦੇ ਦਿਓ, ਇੱਕ ਤੁਗਲਕੀ ਫਰਮਾਨ ਥੋੜੀ ਨਾ, ਇੱਥੇ ਸਾਡਾ ਦੇਸ਼ ਕਿਤੇ ਕਾਇਦੇ ਕਾਨੂੰਨ ਤੇ ਸੰਵਿਧਾਨ ਦੇ ਮੁਤਾਬਕ ਹੀ ਚੱਲਦਾ ਨਾ। ਇੱਕ ਮਿੰਟ ਜੀ, ਮੈਨੂੰ ਪੂਰੀ ਗੱਲ ਆ ਰਹੀ ਹੈ, ਮੇਰੀ ਇਹ ਬੇਨਤੀ ਹੈ ਜਿਹੜਾ ਗੁਰੂ ਸਾਹਿਬ ਦਾ ਦੋਖੀ ਹੈ ਉਹ ਬਚਣਾ ਨਹੀਂ ਚਾਹੀਦਾ, ਮੈਂ ਸਮਝਦਾ ਕਿ ਕਾਨੂੰਨ ਤੋੜ ਕੇ ਵੀ ਚਰਾਹੇ ਚ ਫਾਇਦੇ ਦੇਣਾ ਚਾਹੀਦਾ। ਜੇ ਗੱਲ ਤਾਂ ਤੁਸੀਂ ਕਿਸੇ ਨੂੰ ਦੋਸ਼ੀ ਬਣਾਈ ਜਾਓ ਕਿ ਬਾਦਲਾਂ ਨੂੰ ਫੜ ਕੇ ਅੰਦਰ ਦੇ ਦਿਓ ਤੇ ਇਨਸਾਫ ਮਿਲ ਜੂਗਾ, ਕਿਵੇਂ ਮਿਲ ਜੂਗਾ? ਮੈਂ ਸਾਡੇ ਜੇਲ੍ਹ ਜਾਨਰ ਮਿਲਦਾ ਸਾਨੂੰ ਸਾਰਿਆਂ ਨੂੰ ਅੰਦਰ ਚੰਨੀ ਬਰਾੜ। ਮੇਰੇ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ, ਆ ਰਿਹਾ ਨੇ, ਤੁਸੀਂ ਕਹਿ ਰਹੇ ਹੋ ਕਾਂਗਰਸ ਨੁਮਾਇੰਦੇ ਆ ਜਿਹੜੇ ਗੋਲਮੋਲ ਕਰੀ ਜਾਂਦੇ ਆ ਵਿੱਚੋਂ ਨਿਕਲੀ ਜਾਂਦੇ ਆ। ਮੈਂ ਸਵਾਲ ਤੁਹਾਨੂੰ ਵੀ ਬੜਾ ਸਿੰਪਲ ਕੀਤਾ ਸੀਗਾ, ਕੈਪਟਨ ਚੰਨਨ ਸਿੱਧੂ ਹਰਾਂ ਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ ਉਹਨਾਂ ਨੂੰ ਲੱਗਦਾ ਕਿ ਬਰਗਾੜੀ ਮੋਰਚੇ ਦੇ ਆਗੂ ਨੂੰ ਟਾਰਗੇਟ ਕੀਤਾ ਗਿਆ, ਉਹਨਾਂ ਨੂੰ ਰੈਡੀਕਲ ਕਿਹਾ ਗਿਆ, ਤੁਹਾਨੂੰ ਉਹ ਰੈਡੀਕਲ ਲੱਗਦੇ ਕਿ ਨਹੀਂ ਲੱਗਦੇ? ਮੈਂ ਫਿਰ ਸਵਾਲ ਉਹੀ ਕਰ ਰਿਹਾ, ਬਰਗਾੜੀ ਮੋਰਚੇ ਦੇ ਰੈਡੀਕਲ ਲੱਗਦੇ ਕਿ ਨਹੀਂ ਲੱਗਦੇ? ਮੈਂ ਸਿੱਧਾ ਕਿਹਾ ਜੇ ਆਈਐਸਆਈ ਦਾ ਹੀ ਪੈਸਾ ਤਾਂ ਐਡੂ ਵੱਡੇ ਰੈਡੀਕਲ ਨਹੀਂ ਹੋ ਸਕਦਾ ਕੋਈ, ਜਿਹੜਾ ਪੈਸਾ ਉਹਦੀ ਜਾਂਚ ਹੋਣੀ ਚਾਹੀਦੀ ਹੈ। ਤੁਸੀਂ ਆਦੇ ਤੁਸੀਂ ਸੈਂਟਰ ਗਵਰਨਮੈਂਟ ਨੂੰ ਸ਼ਿਕਾਇਤ ਕਰੋ ਇਹਨਾਂ ਦੀ, ਕੀ ਸਾਰਾ ਕੁਝ ਹੋਈ ਜਾਂਦਾ ਆਪੇ ਪਤਾ ਲੱਗ ਜਾਏਗਾ। ਇੱਕ ਦੂਜੀ ਮੈਂ ਬੇਨਤੀ ਕਰਦੇ, ਜਿਹੜੇ ਉੱਥੇ ਗੁਰੂ ਸਾਹਿਬ ਦੇ ਨਾਂ ਤੇ ਇਕੱਠੇ ਹੁੰਦੇ ਲੋਕ ਉਹ ਸਾਰੇ ਰੈਡੀਕਲ ਨਹੀਂ ਹੋ ਸਕਦੇ ਕੋਈ? ਹਾਂਜੀ ਕੈਪਟਨ ਸਿੱਧੂ, ਮੈਂ ਬਰਾੜ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਰਾ ਮਾਮਲਾ ਟਵਿਸਟ ਕਰ ਗਏ ਬੜੇ, ਮੈਂ ਇਹਨਾਂ ਨੂੰ ਸੁਣਦਾ ਰਿਹਾ ਡਿਬੇਟਾਂ 'ਚ, ਬਹੁਤ ਵਧੀਆ ਬੋਲਦੇ ਆ। ਮੈਂ ਕਿਹਾ ਕਿ ਵਿਕਰਮ ਮਜੀਠੀਆ ਦਾ ਨਾਂ ਮੈਂ ਨਹੀਂ ਲੈ ਰਿਹਾ, ਮੇਰਾ ਤਾਂ ਉਹ ਬੇਟੇ ਦਾ ਦੋਸਤ ਹੈ, ਇਹ ਸਾਰੇ ਕਾਂਗਰਸ ਹੀ ਰੌਲਾ ਪਾਉਂਦੇ ਨੇ ਡੇਢ ਸਾਲ, ਔਰ ਉਸ ਤੋਂ ਬਾਅਦ ਇਹਨਾਂ ਨੇ ਅਸੈਂਬਲੀ 'ਚ ਰੌਲਾ ਪਾਇਆ ਬਾਦਲਾਂ ਦੇ ਖਿਲਾਫ, 5-8 ਘੰਟੇ ਬਹਿਸ ਕੀਤੀ, ਮੈਂ ਨਹੀਂ ਲੈ ਰਿਹਾ, ਉਹ ਲੈ ਰਹੇ ਸੀ, ਅਤੇ ਹੁਣ ਉਹ ਸਾਰਾ ਮੁੱਦਾ ਛੱਡ ਕੇ ਅਤੇ ਹੁਣ ਇਹ ਇੱਧਰ ਨੂੰ ਆ ਗਏ, ਬਰਗਾੜੀ ਨੂੰ ਖਤਮ ਕਰਕੇ ਹੁਣ SGPC ਆ ਗਿਆ। SGPC 'ਚ ਚੋਣਾਂ ਹੈ ਕਿਹੜੀਆਂ? ਜਿੰਦਾ ਤੂੰ ਸਾਥ ਦੇਣਾ ਦਿਓ, ਜਿੰਦਾ ਨਹੀਂ ਦੇਣਾ ਨਾ ਦਿਓ, ਤੁਹਾਡਾ ਸਾਥ ਮੰਗਦਾ ਕੌਣ ਹੈ? ਜਿਹੜਾ ਜਿੰਦਾ ਸਾਥ ਕਾਂਗਰਸ ਦੇਗੀ ਹੁਣ ਤਾਂ ਵੋਟ ਇੱਕ ਨਹੀਂ ਪਾਉਂਦੇ ਸਿੱਖ, ਉਹ ਹੁਣੇ ਮੁੱਦਾ ਚੇਂਜ ਕਰਕੇ ਤੇ ਉਹ ਲੈ ਕੇ ਬਹਿ ਗਿਆ। ਗੁਰਤੇਜ ਸਿੰਘ ਜੀ, ਕਿਤੇ ਐਂ ਤਾਂ ਨਹੀਂ ਵੀ ਜਿਹੜਾ ਕਾਂਗਰਸ ਇੱਕ ਇਲਜ਼ਾਮ ਲੱਗਦਾ ਪਿਆ ਸੀਗਾ ਕਿ ਇਹਨਾਂ ਦਾ ਸਪੋਂਸਰਡ ਹੈਗਾ ਸਾਰਾ ਮੋਰਚਾ, ਉਸ ਇਲਜ਼ਾਮ ਨੂੰ ਵੀ ਪਾਸੇ ਕਰਨਾ ਸੀ? ਇੱਕ ਇਹ ਵੀ ਦੱਸਣਾ ਸੀਗਾ ਕਿ ਬਰਗਾੜੀ ਮੋਰਚਾ ਜਿਹੜਾ ਉਹ ਇੰਨਾ ਮਹੱਤਵਪੂਰਨ ਨਹੀਂ ਹੈਗਾ ਸਰਕਾਰ ਦੇ ਲਈ ਹੁਣ? ਨਹੀਂ, ਗੱਲ ਇਹ ਹੈ ਇਹਦੇ 'ਚ ਕਿ ਨਹੀਂ ਕੋਈ ਦਮ ਹੈਗਾ ਇਸ ਗੱਲ 'ਚ? ਤੁਹਾਡੀ ਗੱਲ ਠੀਕ ਹੋ ਸਕਦੀ ਹੈ, ਗੱਲ ਇਹ ਹੈ ਕਿ ਇਹ ਇੱਕ ਨੈਰੇਟਿਵ ਬਿਲਡ ਹੋ ਰਿਹਾ, ਉਹ ਨੈਰੇਟਿਵ ਇਹ ਹੈ ਕਿ ਜਿਸ ਵੇਲੇ ਅਸੀਂ ਕ੍ਰੈਕਡਾਊਨ ਕਰੀਏ, ਜਿਸ ਵੇਲੇ ਅਸੀਂ ਜ਼ੁਲਮ ਕਰੀਏ, ਤਸ਼ੱਦਦ ਕਰੀਏ, ਜਿਸ ਵੇਲੇ ਅਸੀਂ ਫੜੀਏ, ਮਾਰੀਏ, ਕੁੱਟੀਏ, ਲਾਠੀਚਾਰਜ ਕਰੀਏ, ਉਸ ਵੇਲੇ ਲੋਕ ਸਮਝਣ, ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਜਾਏ ਕਿ ਇਹ ਰੈਡੀਕਲਸ ਨੂੰ ਅਟੈਕ ਕਰ ਰਹੇ ਹੈ। ਰੈਡੀਕਲਸ ਕੋਈ ਇਹਨਾਂ ਨੂੰ ਡੈਫੀਨੇਸ਼ਨ ਦੇਣ ਦੀ ਲੋੜ ਨਹੀਂ, ਮੌਕੇ ਦੇ ਉੱਤੇ ਪਹਿਲਾਂ ਲੇਬਲ ਲਾਉਣਗੇ ਰੈਡੀਕਲ ਦਾ, ਫਿਰ ਉਸਦੇ ਗੋਲੀ ਮਾਰਨਗੇ, ਇਹ ਜਿਹਨੂੰ ਮਰਜ਼ੀ ਮਾਰ ਸਕਦੇ ਆ, ਇਸ ਤਰ੍ਹਾਂ ਹੀ ਹੁੰਦਾ ਆਇਆ। ਹੁਣ ਇੱਕ ਸੰਤ ਜਰਨੈਲ ਸਿੰਘ ਨੂੰ ਰੈਡੀਕਲ ਕਹਿੰਦੇ ਸੀਗੇ, ਬੜਾ ਜੀ ਇਹ ਖੂਨੀ ਆ, ਘਾਤਕ ਆ, ਫਲਾਨਾ, ਉਸਦੇ ਬਰਖਿਲਾਫ ਇੱਕ ਵੀ ਕੇਸ ਇਹਨਾਂ ਕੋਲ ਦਰਜ ਨਹੀਂ ਅੱਜ ਤੱਕ, ਔਰ ਕੋਈ ਉਸਦੇ ਮੂੰਹ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਲਾ ਸਕੇ ਜਿਹੜਾ ਕਿ ਕੋਈ ਉਸਨੂੰ ਦੁਨੀਆ ਦੀ ਨਜ਼ਰਾਂ ਦੇ ਵਿੱਚ ਸਾਬਤ ਕਰੇ ਜਿਸ ਤਰ੍ਹਾਂ ਇਹ ਸਮਝਣ। ਸੋ ਇਹ ਤਾਂ ਇਹਨਾਂ ਦੇ ਵਾਰਤਾਲਾਪ ਹੈ, ਇਹਨਾਂ ਨੇ ਕਿਸੇ ਪਾਸੇ ਗੱਲ ਲੈ ਜਾਣੀ ਹੈ, ਜਿਹੜੇ ਇਹਨਾਂ ਨੂੰ ਇਨਕਨਵੀਨੀਅੰਟ ਲੱਗਣਗੇ ਉਹਨਾਂ ਨੂੰ ਉਹਨਾਂ ਦੇ ਉੱਤੇ ਲੇਬਲ ਲਾ ਕੇ ਤੇ ਆਪਦਾ ਰਿਪਰੈਸ਼ਨ ਦਾ ਇੰਤਜ਼ਾਮ ਕਰਨਗੇ। ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਗੱਲ ਇਹ ਵੀ ਕਹੀ ਹੈ ਕਿ ਬਾਦਲਾਂ ਨੇ ਬਹੁਤ ਨੁਕਸਾਨ ਕੀਤਾ ਹੈਗਾ ਅਤੇ ਬਾਦਲਾਂ ਤੋਂ ਇਹ ਸ਼੍ਰੋਮਣੀ ਕਮੇਟੀ ਵਾਪਸ ਲੈਣੀ ਬਣਦੀ ਹੈ ਅਤੇ ਉਹ ਹਮਾਇਤ ਕਰਨਗੇ। ਬ੍ਰੇਕ ਤੋਂ ਵਾਪਸ ਆਵਾਂਗੇ, ਪੁੱਛਾਂਗੇ ਬਾਦਲਾਂ ਨੇ ਕਿਹੜਾ ਨੁਕਸਾਨ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਉਸ ਨੁਕਸਾਨ ਦੀ ਭਰਪਾਈ ਕਿਵੇਂ ਕਰਨਗੇ। ਬ੍ਰੇਕ ਤੋਂ ਵਾਪਸ ਆ ਰਹੇ ਕੈਪਟਨ ਦੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਬਿਆਨ ਦਾ ਪੰਥਕ ਸਿਆਸਤ 'ਤੇ ਕਿੰਨਾ ਅਸਰ ਹੋਵੇਗਾ? ਹਰਦੀਪ ਸਿੰਘ ਕਿੰਗਰਾ, ਬਾਦਲਾਂ ਨੇ ਬਹੁਤ ਨੁਕਸਾਨ ਕੀਤਾ, ਕੈਪਟਨ ਸਾਹਿਬ ਇਹ ਗੱਲ ਕਹਿ ਰਹੇ ਆ, ਉਸ ਨੁਕਸਾਨ ਦੀ ਭਰਪਾਈ ਕਿਵੇਂ ਕਰਨ ਜਾ ਰਹੇ ਹੋ ਤੁਸੀਂ? ਦੇਖੋ, ਕੈਪਟਨ ਸਾਹਿਬ ਦੀ ਗੱਲਬਾਤ ਕਰਾਂਗੇ, ਥੋੜ੍ਹੇ ਦਿਨ ਪਹਿਲਾਂ ਸਰਦਾਰ ਪ੍ਰਗਟ ਸਿੰਘ, ਮੌਜੂਦਾ ਕਾਂਗਰਸੀ MLA ਨੇ ਇੱਕ ਬਿਆਨ ਦਿੱਤਾ ਹੈ, ਉਹ ਚਸ਼ਮਦੀਨ ਗਵਾਹ ਹੈ, ਉਹ ਹਾਰਸਿਸ ਮਾਊਥ ਤੋਂ ਡਾਇਰੈਕਟਲੀ ਗੱਲ ਸੀ ਕਿ ਕਿਸ ਤਰ੍ਹਾਂ ਖੁਸ਼ੀ ਖੁਸ਼ੀ ਆ ਕੇ ਡਾਕਟਰ ਚੀਮਾ ਨੇ ਅਤੇ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸਿੰਘ
ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਓ, ਤੁਸੀਂ ਫਿਰ ਉਹਨਾਂ ਤੋਂ ਕਢਵਾਓ ਸਾਰਾ ਕੁਝ। ਤੁਸੀਂ ਕਿਉਂ ਇਹ ਕਿਉਂ ਨਹੀਂ ਕਰਦੇ? ਤੁਸੀਂ ਬਿਆਨਾਂ 'ਚ ਉਲਝੇ ਪਏ ਹੋ। ਤੁਹਾਡੇ ਮੂੰਹ 'ਚ ਕਿਉਂ ਸ਼ੱਕਰ? SIT ਖਬਰਾਂ ਉੱਥੇ ਪਹੁੰਚ ਜਾਏ, ਕਿੱਥੇ ਪਹੁੰਚ ਜਾਵੇ? ਕਦੋਂ ਪਹੁੰਚ ਜਾਵੇਗੀ? ਕਦੋਂ ਪਹੁੰਚ ਜਾਵੇਗੀ? ਜਦੋਂ SIT ਆਪਦੀ ਰਿਪੋਰਟ ਦੇ ਦੇਗੀ। ਇਹਦੇ ਮਤ ਤੋਂ ਇਹਨਾਂ ਤੇ ਸਰੋਂ ਨਾ ਜਮਾਓ। ਤੁਸੀਂ ਇਹ ਵਾਰ-ਵਾਰ ਗੱਲ ਕਰ ਰਹੇ ਹੋ ਡੇਰਾ ਸਾਜੀ ਤੇ ਸਰੋਂ ਨਹੀਂ ਨਹੀਂ ਡੇਰਾ ਇਸ ਸਾਜੀ ਦੇ ਪਿੱਛੇ ਹੈ ਨਾ। ਤੁਸੀਂ ਵਾਰ-ਵਾਰ ਗੱਲ ਕਰਦੇ ਹੋ ਕਿ ਤੁਸੀਂ ਉਹਨੂੰ ਮਾਫੀ ਨਾ ਮੈਂ ਕਿਹਾ ਰਹੀ ਹੈ। ਮੈਂ ਤੁਹਾਨੂੰ ਉਸ ਤੁਹਾਨੂੰ ਇੱਕ ਟਾਰਪੀਡੋ ਦੱਸਿਆ ਉਸ ਟਾਰ ਦਾ, ਤੇ ਬਾਕੀ ਟਾਰਪੀਡੋ ਹੋਰ ਦੱਸ ਦਿੰਦਾ। ਉਹ ਵੀ ਦੇਖੋ ਮੁੜ ਕੇ ਜੋ ਮਰਜ਼ੀ ਬਿਆਨ ਤੁਸੀਂ ਦਵਾ ਦਿਓ ਉੱਥੋਂ, ਉਹ ਇੱਕ ਗੱਲ ਬਣਦੀ ਹੈ। ਜਿਹਨੂੰ ਮਰਜ਼ੀ ਪ੍ਰਧਾਨ ਲਾ ਦਿਓ, ਬਡੂੰਗਰ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ, ਬਡੂੰਗਰ ਸਾਹਿਬ ਜਿਹੜੇ ਟਕਸਾਲੀ ਅਕਾਲੀ ਆ ਉਹਨਾਂ ਦੀਆਂ ਲਿਸਟਾਂ ਬਣਾਓ। ਉਹ ਪਤੰਦਰੋ 30 ਸਾਲ ਦੇ ਤੁਸੀਂ ਪ੍ਰਧਾਨਗੀ ਤੁਹਾਡੇ ਘਰੇ ਹੈ, ਤੁਸੀਂ ਲਿਸਟਾਂ ਨਹੀਂ ਜਾਣਦੇ? ਬਡੂੰਗਰ ਜ਼ਿਆਦਾ ਜਾਣਦੇ ਬਡੂੰਗਰ ਸਾਹਿਬ? ਕਮਾਲ ਕਰਦੇ ਹੋ, ਤੁਸੀਂ ਸਟੇਜ ਤੇ ਖੜੇ ਹੋ ਕੇ ਉਹ ਜਿਹੀਆਂ ਗੱਲਾਂ ਕਰੀ ਜਾਂਦੇ ਹੋ। ਚਲਜੀ ਬਰਾੜ, ਤੁਸੀਂ ਹੋਰ ਕਿੰਨੇ ਘਟਾ ਲਾਓਗੇ ਸਿੱਖ ਸੰਸਥਾਵਾਂ ਨੂੰ? ਚਲਜੀ ਬਰਾੜ, ਕਿਹੜੀ ਸਿੰਘ ਸੰਸਥਾ ਜਿਹੜੀ ਛੱਡੀ ਆ ਬਾਦਲਾਂ ਨੇ? ਚਲਜੀ ਸਾਰੀਆਂ ਨੂੰ ਢਾ ਲਾਈ ਹੈ। ਚਲਜੀ ਬਰਾੜ, ਡੇਰਾ ਮੁਖੀ ਦੀ ਮਾਫੀਨਾਮਾ ਬਹੁਤ ਵੱਡਾ ਢਾ ਲੱਗਿਆ ਕੌਮ ਨੂੰ, ਉਹਦੀ ਭਰਪਾਈ ਕਰਨੀ ਆ ਹੁਣ। ਦੇਖੋ ਮੇਰੀ ਇੱਕ ਬੇਨਤੀ ਹੈ, ਜੋ ਕੁਛ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਹੈ ਉਹ ਜੋ ਪਹਿਲਾਂ ਲਿਆ ਸੀ ਉਹ ਵੀ ਸਿਰ ਮੱਥੇ ਮੰਨਿਆ, ਜੋ ਬਾਅਦ 'ਚ ਲਿਆ ਉਹ ਵੀ ਸਿਰ ਮੱਥੇ ਮੰਨਿਆ। ਔਰ ਕਾਂਗਰਸ ਤੋਂ ਸਾਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਉਹ ਕਹਿੰਦੇ ਹੁੰਦੇ ਆ ਖਵਾਜੇ ਦਾ ਗਵਾਹ ਡੱਡੂ ਜਿਹੜਾ ਹੁਣ ਹੈ ਮੈਨੂੰ ਇਹਨਾਂ ਦਾ MLA ਅਤੇ ਉਹਦੇ ਬਿਆਨ ਪੜ੍ਹ ਕੇ ਸੁਣਾਈ ਜਾਂਦੇ ਆ। ਮੈਂ ਇੱਕ ਗੱਲ ਦਾ ਸਵਾਲ ਕਿੰਗਰਾ ਸਾਹਿਬ ਨੂੰ ਪੁੱਛਦਾ ਹੈ ਔਰ ਮੁੱਖ ਮੰਤਰੀ ਨੂੰ ਵੀ ਪੁੱਛਦਾ ਵੀ ਜਦੋਂ ਤੁਸੀਂ ਅਟੈਕ ਹੋਏ ਤਾਂ ਜਿਹੜਾ ਸੀਗਾ ਅਸਤੀਫਾ ਦੇ ਕੇ ਬਾਹਰ ਆ ਗਏ, ਅੱਜ ਕਾਂਗਰਸ ਕਿਹੜੇ ਦੁੱਧ ਨਾਲ ਧੋਤੀ ਗਈ ਜਦੋਂ ਤੁਸੀਂ ਵਾਪਸ ਫਿਰ ਕਾਂਗਰਸ 'ਚ ਚੱਲ ਗਏ ਸੀ? ਮੌਕਾ ਪ੍ਰਸਤੀ ਨਾਲ ਹੀ ਉਦੋਂ ਅਸਤੀਫਾ ਦੇ ਕੇ ਆਏ ਕਿ ਸ਼ਾਇਦ ਅਕਾਲੀ ਦਲ ਦਾ ਸਾਰਾ ਕੁਝ ਜਿਹੜਾ ਹੈਗਾ ਮੇਰੀ ਝੋਲੀ ਡਿੱਗ ਪਊਗਾ, ਜਦੋਂ ਨਹੀਂ ਕੁਝ ਬਣਿਆ ਤਾਂ ਵਾਪਸ ਉੱਥੇ ਜਾ ਵੜੇ। ਇਸ ਕਰਕੇ ਕਾਂਗਰਸ ਦੀ ਨੀਤੀ ਅਤੇ ਨੀਅਤ 'ਚ ਹਮੇਸ਼ਾ ਖੋਟ ਰਿਹਾ। ਤੁਸੀਂ ਬਰਗਾੜੀ ਦੀ ਗੱਲ ਕੀਤੀ ਹੈ, ਮੈਂ ਤਾਂ ਚਲੋ ਉਸ ਪਾਸੇ ਬਾਹਲਾ ਜਾਣਾ ਨਹੀਂ ਚਾਹੁੰਦਾ ਸੀ। ਜਿੰਨਾ ਚਿਰ ਇਹ ਲੱਗਿਆ ਕਿ ਬਾਦਲਾਂ ਦੇ ਖਿਲਾਫ ਵਰਤਣਾ ਉਹਨਾਂ ਚਿਰ ਫੈਸਿਲੀਟੇਟ ਕਰਦੇ ਰਹੇ, ਜਦੋਂ ਹੁਣ ਇਹ ਲੱਗਿਆ ਕਿ ਪਬਲਿਕ ਇਕੱਠੀ ਹੋ ਗਈ ਤੇ ਸਾਡਾ ਵੀ ਨੁਕਸਾਨ ਹੋਣ ਲੱਗ ਗਿਆ। ਹੁਣ ਉਹਨਾਂ ਦਾ ਮੰਤਰੀ ਉਸੇ ਪਿੰਡ ਦੇ ਵਿੱਚ ਜਾ ਕੇ ਮੁੜਿਆ ਤੇ ਉੱਥੇ ਨਹੀਂ ਜਾ ਕੇ ਮੁੜਿਆ ਜਦੋਂ ਪਹਿਲਾਂ ਮੁਲਾਕਾਤਾਂ ਕਰਨ ਜਾਂਦੇ ਆ। ਤੇ ਜੇ ਹੁਣ ਪਬਲਿਕ ਇਕੱਠੀ ਹੋਈ ਹੈ, ਗੁਰੂ ਸਾਹਿਬ ਦੇ ਨਾਂ ਤੇ ਪਬਲਿਕ ਇਕੱਠੀ ਹੋ ਰਹੀ ਹੈ ਤੇ ਇਹਨਾਂ ਨੂੰ ਇਹ ਲੱਗਿਆ ਸਾਨੂੰ ਨਾ ਕੋਈ ਖਤਰਾ ਜੇ ਹੁਣ ਇਕੱਲਾ ਉਹਨਾਂ ਦੇ ਘਰਾਂ 'ਚ ਜਾਂ ਉਸ ਪਿੰਡ 'ਚ ਜਾ ਕੇ ਮੁੜਿਆ, ਹੁਣ ਮੰਤਰੀਆਂ ਨੂੰ ਉੱਥੇ ਜਾਂਦੇ ਨੂੰ? ਕੈਪਟਨ ਜਨਰਲ ਸਿੱਧੂ, ਕੈਪਟਨ ਜਨਰਲ ਸਿੱਧੂ ਇਹਨਾਂ ਨੇ ਬੜੀ ਵੱਡੀ ਗੱਲ ਕਹੀ ਹੈ ਕਿ ਪਹਿਲਾਂ ਤਾਂ ਉਹਨਾਂ ਨੂੰ ਸਪੌਂਸਰ ਕਰਦੇ ਰਹੇ, ਸਹੂਲਤਾਂ ਦਿੰਦੇ ਰਹੇ, ਨਾਲ ਲੱਗਦੇ ਰਹੇ, ਹਮਾਇਤ ਕਰਦੇ ਰਹੇ, ਹੁਣ ਜਦੋਂ ਦੇਖਿਆ ਕਿ ਨੁਕਸਾਨ ਹੋ ਰਿਹਾ ਇਹਦਾ ਮਤਲਬ ਦੋਨੋਂ ਪਾਰਟੀਆਂ ਮੌਕਾ ਪ੍ਰਸਤ ਹੈ। ਦੇਖੋ ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਬਾਦਲਾਂ ਦੇ ਨਾਲ ਨਾਲ ਅਸੀਂ ਵੀ ਰਗੜੇ ਜਾ ਰਹੇ ਹਾਂ, ਅਤੇ ਹੁਣ ਜਿਵੇਂ ਗੁਰਤੇਜ ਸਿੰਘ ਨੇ ਜੀ ਨੇ ਕਿਹਾ ਹੈ ਕਿ ਦੇ ਆਰ ਰੈਡੀ ਫਰੋਮ, ਮੈਨੂੰ ਹੁਣ ਪਤਾ ਲੱਗ ਰਿਹਾ ਸਟੇਟਮੈਂਟ ਤੋਂ ਕਿ ਦੇ ਆਰ ਰੈਡੀ ਟੂ ਕਰੈਕ ਡਾਊਨ ਔਨ ਦੋਸ ਪ੍ਰੋਟੈਸਟਰਸ ਇਨ ਬਰਗਾੜੀ, ਬਰਗਾੜੀ ਮੋਰਚੇ ਨੂੰ ਖਤਮ ਕਰਨਾ ਚਾਹੁੰਦੇ ਆ ਇਹ? ਯੈਸ, ਤੁਹਾਨੂੰ ਇਹ ਕਿਉਂ ਲੱਗਦਾ ਪਿਆ? ਅੰਡਰਸਟੂਡ ਫਰੋਮ ਹਿਸ ਸਟੇਟਮੈਂਟ ਦ ਵੇ ਹੀ ਇਜ਼ ਸਪੀਕਿੰਗ ਔਨ ਦ ਟੀਵੀ, ਇਟ ਇਜ਼ ਦੇ ਗਿਵਿੰਗ ਸਿਗਨਲਸ ਕਿ ਇਹ ਹੁਣ ਕਰੈਕ ਡਾਊਨ ਕਰਨਗੇ। ਹੁਣ ਇਹਨਾਂ ਨੂੰ ਇਹ ਚੰਗੇ ਨਹੀਂ ਲੱਗਦੇ ਕਿਉਂਕਿ ਲੱਖਾਂ ਦਾ ਜਿਹੜਾ ਇਕੱਠ ਹੋਇਆ ਉਹ ਅਮਰਿੰਦਰ ਦੇ ਖਿਲਾਫ਼ ਹੋਇਆ, ਕਾਂਗਰਸ ਦੇ ਖਿਲਾਫ਼ ਹੋਇਆ, ਅਕਾਲੀਆਂ ਦੇ ਖਿਲਾਫ਼ ਨਹੀਂ ਹੋਇਆ। ਉਹ ਇਸ ਕਰਕੇ ਹੋਇਆ ਕਿ ਉਹਨੇ ਐਕਸ਼ਨ ਕਿਉਂ ਨਹੀਂ ਲਿਆ ਅਮਰਿੰਦਰ ਸਿੰਘ ਨੇ ਅੱਜ ਤੱਕ, ਦੈਟ ਇਜ਼ ਦਾ ਇਕੱਠ। ਉੱਥੋਂ ਇਹ ਘਬਰਾ ਗਏ ਨੇ ਹੁਣ ਤੇ ਉਹ ਪਿੰਡ ਕਿੰਗਰੇ ਫਿਰਦੇ ਆ, ਘਬਰਾ ਕੇ ਹੁਣ ਪਿੰਡ ਬਰਗਾੜੀ ਮੋਰਚੇ ਨੂੰ ਖਤਮ ਕਰਨ ਦੇ ਲਈ ਹੁਣ ਤੁਸੀਂ ਇਹੋ ਜਿਹੇ ਬਿਆਨਬਾਜ਼ੀ ਕਰ ਰਹੇ ਹੋ, ਸਿਗਨਲਸ ਦੇ ਰਹੇ ਹੋ, ਤੁਸੀਂ ਇਹ ਕਰਨ ਜਾ ਰਹੇ ਹੋ? ਦੇਖੋ ਮੈਂ ਤੁਹਾਨੂੰ ਫਿਰ ਦੱਸ ਦਾਂਗਾ, ਕੈਪਟਨ ਚੰਨਣ ਸਿੰਘ ਹੋਰੀ ਹੀ ਇਜ਼ ਰੀਡਿੰਗ ਟੂ ਮੱਚ ਬਿਟਵੀਨ ਦ ਲਾਈਨਸ, ਇਟ ਇਜ਼ ਨਾਟ ਲਾਈਕ ਦੈਟ, ਐਡਾ ਬੁਰਾ ਹਾਲ ਨਹੀਂ ਹੈ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਬਰਗਾੜੀ ਮੋਰਚੇ ਦੇ ਉੱਤੇ ਜਿਹੜਾ ਇਕੱਠ ਹੋ ਰਿਹਾ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਹੋ ਰਿਹਾ, ਕਿਸੇ ਬੰਦੇ ਦੇ ਹੱਕ 'ਚ ਨਹੀਂ ਹੋ ਰਿਹਾ, ਕਿਸੇ ਪਾਰਟੀ ਦੇ ਹੱਕ 'ਚ ਨਹੀਂ ਹੋ ਰਿਹਾ। ਲੋਕਾਂ ਨੂੰ ਸ਼ੱਕ ਹੈ, ਲੋਕਾਂ ਦਾ ਸਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕ ਰਿਹਾ, ਜੇ ਸੋਚਦੇ ਸਾਡੇ ਅੱਗੇ ਝੁਕ ਜਾਂਦਾ, ਜੇ ਤਾਂ ਲੱਗਦਾ ਕਿ ਰੋਸ ਹੈ ਲੋਕਾਂ ਵਿੱਚ, ਇਹ ਮੁੰਡੇ ਰੋਸ ਹੈ ਲੋਕਾਂ ਵਿੱਚ, ਤੁਹਾਨੂੰ ਇਹ ਲੱਗਦਾ ਤੁਸੀਂ ਉਧਰ ਆਪਦੀ ਰੈਲੀ ਕੈਂਸਲ ਕਰਦੇ? ਹਾਂ, ਅਸੀਂ ਨਹੀਂ ਰੈਲੀ ਕਰਦੇ, 7 ਤਰੀਕ ਨੂੰ ਕਿਉਂ ਰੈਲੀ ਰੱਖਣੀ ਹੈ? ਫਿਰ ਜੇ ਤੁਹਾਨੂੰ ਵੀ ਰੋਸ ਸੀ ਤਾਂ ਤੁਸੀਂ ਤਾਂ ਮੁਕਾਬਲੇ ਇਹਦਾ ਸਾਰੇ ਮੁਕਾਬਲਾ ਕਰ ਰਹੇ ਹੋ, ਇਹਦਾ ਮਤਲਬ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਰੋਸ ਵਿੱਚ ਉਹਦਾ ਮੁਕਾਬਲਾ ਕਰਨ ਵਿੱਚ ਲੱਗੇ ਹੋਏ ਤੁਸੀਂ ਇਹਦਾ ਮਤਲਬ ਇਹ ਆ? ਉਹ ਤਾਂ ਕੱਲ ਵੀ ਗੁਰਦਾਸ ਮਾਨ ਲੁਧਿਆਣੇ ਸੁਣਿਆ ਜਾ ਰਿਹਾ ਸੀ, ਮਿਲੇ ਭੁਗਦਾ ਇਹਨਾਂ ਨੇ ਰੈਲੀ ਰੈਲੀ ਗੇਮ ਖੇਡੀ, ਰੈਲੀ ਰੈਲੀ ਨਹੀਂ, ਤੁਸੀਂ ਬੋਲੀ ਚੱਲੋ ਅੱਗੇ, ਮੈਂ ਜਵਾਬ ਦੇ ਦਿਆਂਗਾ। ਇਹ ਸਵਾਲ ਬੜਾ ਮਹੱਤਵਪੂਰਨ ਹੈ, ਆਪੇ ਬੀਬੀ ਮੱਥਾ ਟੇਕੇ, ਆਪੇ ਬੁੱਢ ਸੁਹਾਗਣ, ਜਵਾਬ ਤਾਂ ਮੈਨੂੰ ਦੇਣ ਦਿਓ, ਆਪੇ ਹੀ ਆਪਦੇ ਪੈਰੀਂ ਹੱਥ ਲਾਈਏ। ਤੁਸੀਂ 7 ਮਿੰਟ ਦੇ ਦਿਓ, ਤੁਸੀਂ ਬੋਲੋ ਮੱਥਾ ਟੇਕ ਦੇ ਦਿਓ, ਤੁਸੀਂ ਬੋਲੋ। ਤੁਸੀਂ, ਮੈਂ ਤੁਹਾਨੂੰ ਦੱਸ ਰਿਹਾਗਾ ਕਿ ਜੇ ਤੁਸੀਂ ਉੱਥੇ ਜਿਹੜੇ ਲੋਕ ਜਾਂਦੇ ਨੇ, ਤੁਸੀਂ ਕਦੇ ਕੋਈ ਨਾ ਸੋਚੇ ਕਿ ਸਾਡੇ ਕਰਕੇ ਆ ਰਹੇ ਨੇ, ਇਹ ਵੋਟਾਂ ਨੇ, ਇਹ ਪੋਲਿਟਿਸਾਈਜ਼ ਕਰ ਦਾਂਗੇ, ਕੁਛ ਨਹੀਂ। ਉਹ ਧਰਮ ਸਤਿਕਾਰ ਜਿਹੜਾ ਹੈ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਵਜ੍ਹਾ ਨਾਲ ਲੋਕ ਉੱਥੇ ਜਾਂਦੇ ਨੇ ਔਰ ਜਾਂਦੇ ਰਹਿਣਗੇ।
कि यह सिग्नल्स है बरगाड़ी मोर्चे नूं खत्म कर दे। नहीं नहीं ये बिल्कुल ठीक जापदा है, मैनू भी इस तरह लगता है, क्योंकि जो इंसाफ देना हो सारा कुछ क्लीयर है, एफ आई आर रजिस्टर कर दे और आई ओ नूं केस दें, इन्वेस्टिगेशन करके सारे उन्होंने बनती सज़ा दो हूँ। गल यह है इन्हों नूं यह लग रहा है इस वेले जो मैं जापदा है कि ये लोग कित बरगाड़ी मोर्चे के सियासत ना कढ लैन, कि सियासत नूं प्रभावित ना करन आने वाले इलैक्शनां दे विच। हो सकता है कि लगता है बरगाड़ी मोर्चे जो कोई थर्ड फ्रंट आ रहा हो सकता है, क्यों आना चाहिए, क्योंकि सारा पंजाब इस वेले गुस्से दे विच है और गुस्से दे विच किहदे नाल है, या तो अकालिया नाल जिन्हां ने जिन्हां दे समें दे विच कुकर्म होया ते इन्हां ने डेढ़ साल उस बारे कुछ नहीं किया, या कैप्टन कांग्रेस दे नाल क्योंकि इन्होंने इन्ना टाइम हो गया और इन्होंने भी उस उत्ते कोई एक्शन नहीं लिया, और जो हुण इस वेले जाप रहा है ये लोग कोई एक्शन लैण दे हक दे विच नहीं हन। सो कैप्टन नूं खतरा यह लगता है कि इस मोर्चे दे विचों तीसरा फ्रंट ना निकले और इस मोर्चे नूं उस वेले तीसरा फ्रंट निकलने तो पहला खत्म करता जाए। चंजी ब्राड यह मैं इन्हां नूं चंजी ब्राड श्रोमणी अकाली दल नूं भी लगता है कि उत्थे एक फ्रंट बाहर आ रहा जिहड़ा कि दोनों की सियासत नूं खराब कर सकदा। मेरी यह बेनती है, देखो ये लोगों के हथ वस है जां परमात्मा के हथ वस है, पर सियासत की गल मैं दस दिना कि जिहड़ी उत्थे मंड साहब ने बयान दिता भी सरकारां भी थोड़ियां होणगियां, एस दीआं पीसीआं भी थोड़ियां होणगियां, इहदा मतलब लोग आप जाणदे आ। एक दूजी मैं बेनती करां, जिहड़े भी सारे इंसाफ मंगण वाले लोग आ, मेरी उन्हां दे चरणां 'च हत्थ बन्न के बेनती है, साडे वेले होया माड़ा होया इहदे 'च कोई दो राय नहीं, साथों हल नहीं होया इस गल 'च भी कोई दो राय नहीं, लोगों ने सानूं सज़ा भी इसे करके दित्ती है। हुण भी 75 दे करीब बेअदबियां हो गईआं, सानूं सिर तां इस गल ते जोड़ना चाहीदा भी इहनां नूं रोकीए किवें, ते जे आपां कल्ली सियासत करी चलांगे जिथे मान लो 75 हुण दी कैप्टन साहब दी सरकार दे विच हो गईआं, ਉਹ ਕਿਉਂ ਹੋ ਰਹੀਆਂ, ਉਹ ਕੌਣ ਕਰਾ ਰਿਹਾ, ਜੇ ਸਾਡੇ ਵੇਲੇ ਸਾਡੇ ਤੇ ਮੜਦੇ ਆ ਵੀ ਕਿਤੇ ਕੋਈ ਢਿੱਲ ਮਿੱਠ ਰਹੀ ਜਾਂ ਕੋਈ ਗੁੱਲਬਾਤ ਰਹੀ, ਹੁਣ ਕਿਉਂ ਹੋ ਰਹੀਆਂ। ਇਸ ਕਰਕੇ ਸਾਨੂੰ ਫਿਕਰ ਤਾਂ ਇਹ ਚਾਹੀਦੀ ਆ ਵੀ ਉਹ ਤਾਕਤਾਂ ਕਿਹੜੀਆਂ ਜਿਹੜੇ ਸਾਡੇ ਗੁਰੂ ਦੀ ਇੱਜ਼ਤ ਨੂੰ ਰੋਲਣ ਲੱਗੀਆਂ ਹੋਈਆਂ, ਸਾਨੂੰ ਸਾਰਿਆਂ ਨੂੰ ਜੁੜ ਕੇ ਇਹਦੇ 'ਤੇ ਵਿਚਾਰ ਕਰਨਾ ਚਾਹੀਦਾ ਔਰ ਹਰ ਹਾਲਤ ਦੇ ਵਿੱਚ ਉਹਨਾਂ ਦੋਸ਼ੀਆਂ ਤੱਕ ਪਹੁੰਚ ਕੇ ਕਰੜੀ ਤੋਂ ਕਰੜੀ ਸਜ਼ਾ ਵੱਲ ਜਾਣਾ ਚਾਹੀਦਾ। ਦੇਖੋ ਇਹਦੇ ਵਿੱਚ ਕਿਹੜੀਆਂ ਏਜੰਸੀਆਂ ਨੇ ਕੀ ਨੇ ਸਾਰਾ ਕੁਝ ਜਿੰਨਾ ਚਿਰ ਸਾਹਮਣੇ ਹੀ ਆਉਂਦਾ ਕੁਛ ਵੀ ਹੋ ਸਕਦਾ, ਕਿਉਂਕਿ ਨਹੀਂ ਤਾਂ ਇਹ ਤੋਂ ਪਹਿਲਾਂ ਲਾਸਟ ਕਮੈਂਟ ਕੈਪਟਨ ਜਨਰਲ ਸਿੱਧੂ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਹੁਣ ਬਰਗਾੜੀ ਮੋਰਚੇ ਤੋਂ ਡਰ ਲੱਗਣ ਲੱਗ ਪਿਆ, ਅਜੇ ਵੀ ਤੁਸੀਂ ਇਸ ਗੱਲ ਤੇ ਸਟੈਂਡ ਕਰਦੇ ਹੋ? ਜਦੋਂ ਅਕਾਲੀਆਂ ਨੂੰ ਇਹ ਸਾਫ਼ ਪਤਾ ਸੀ ਕਿ ਇਹ ਸੱਚੇ ਸੌਦੇ ਵਾਲੇ ਸਾਧ ਨੇ ਕਰਵਾਈਆਂ, ਪ੍ਰੋਡਕਸ਼ਨ ਫੰਡ ਤੇ ਲਿਆਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇੱਕ ਦਿਨ ਚ ਹੋ ਜਾਊਗਾ, ਲੈ ਕੇ ਆਓ ਸੱਚੇ ਸਾਹਿਬ ਨੂੰ ਪ੍ਰੋਡਕਸ਼ਨ ਫੰਡ ਤੇ। ਉਹਨੇ ਕਹਿਤਾ ਉਹਦੇ ਜਿਹੜੇ ਬੰਦਾ ਫੜਿਆ ਗਿਆ ਉਹਨੇ ਕਿਹਾ 5 ਕਰੋੜ ਮੈਨੂੰ ਸੱਚੇ ਸਾਧ ਦੇ ਸੌਦੇ ਨੇ ਦਿੱਤਾ ਬੇਅਦਬੀਆਂ ਵਾਸਤੇ, ਤੇ ਲਿਆਓ ਨਾ ਫਿਰ ਉਹਨੂੰ ਫੜ ਕੇ, ਹਫ਼ਤੇ 'ਚ ਮਾਮਲਾ ਸਾਫ਼ ਹੋ ਜਾਏਗਾ। ਚੰਜੀ ਬਰਾੜ ਤੁਸੀਂ ਡਿਮਾਂਡ ਕਰਦੇ ਹੋ ਡੇਰਾ ਮੁਖੀ ਲਿਆਉਣਾ ਚਾਹੀਦਾ ਇੱਥੇ? ਮੈਂ ਕਿਹਾ ਜੀ ਸਭ ਨੂੰ ਲਿਆਉਣਾ ਚਾਹੀਦਾ, ਪਰ ਮੈਂ ਇੱਕ ਬੇਨਤੀ ਕਰਾਂ, ਬਿਨਾਂ ਕਿਸੇ ਗੱਲ ਤੋਂ ਸਾਡੇ ਤੇ ਇਲਜ਼ਾਮ ਨਾ ਲਾਓ, ਗੋਲੀ ਮਾਰਨੀ ਮਾਰ ਦਿਓ ਤੂੰ, ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਤੁਸੀਂ ਇੱਕ ਡਿਮਾਂਡ ਰੱਖ ਦਿਓ, ਤੁਸੀਂ ਇੱਕ ਡਿਮਾਂਡ ਰੱਖ ਦਿਓ ਕਿ ਡੇਰਾ ਮੁਖੀ ਨੂੰ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਉਣਾ ਚਾਹੀਦਾ। ਅਸੀਂ ਤਾਂ ਜਿਹੜੇ ਉੱਥੇ ਬੈਠੇ ਉਹਨਾਂ ਨੂੰ ਵੀ ਕਹਿੰਦੇ ਆ, ਤੇ ਭਾਵੇਂ ਸਾਡਾ ਵੀ ਕਰਾ ਲੈ ਕੋਈ, ਤਾਂ ਵੀ ਕੋਈ ਇਤਰਾਜ਼ ਨਹੀਂ, ਇਸ ਕਰਕੇ ਇਹ ਬੇਹੂਦੀਆਂ ਗੱਲਾਂ ਤੁਸੀਂ ਡਿਮਾਂਡ ਨਹੀਂ ਰੱਖ ਸਕਦੇ ਡੇਰਾ ਮੁਖੀ ਲਿਆਉਣ ਵਾਲੀ? ਕਰ ਰਹੇ ਆ, ਮੈਂ ਤਾਂ ਕਰਤੀ ਆ, ਮੈਂ ਤਾਂ ਵੀ ਲਿਆਉਣਾ ਚਾਹੀਦਾ, ਜੇ ਇਸ ਗੱਲ ਦੇ ਨਾਲ ਕੋਈ ਗੱਲ ਨਿਬੜਦੀ ਹੈ ਤਾਂ ਲਿਆਉਣਾ ਚਾਹੀਦਾ, ਭਾਵੇਂ ਡੇਰਾ ਮੁਖੀ ਨੂੰ ਲਿਆਓ, ਭਾਵੇਂ ਜਿਵੇਂ ਦਾਦੂਵਾਲ ਸਾਹਿਬ ਨੇ ਮੰਗ ਕੀਤੀ ਆ ਕਿ ਉਹ ਦੋ ਮੁੰਡਿਆਂ ਦਾ ਕਰ ਲੈਣਾ ਚਾਹੀਦਾ, ਜਿਹਦਾ ਕਰੋਨਾ ਪੰਥਕ ਸਿਆਸਤ ਤਾਂ ਇਸ ਵੇਲੇ ਹੈ ਨਹੀਂ, ਪੰਥਕ ਸਿਆਸਤ ਤਾਂ ਉੱਭਰ ਰਹੀ ਹੈ, ਪੰਥਕ ਸਿਆਸਤ ਤਾਂ ਇਹਦੇ ਵਿੱਚੋਂ ਨਿਕਲੇਗੀ ਜਿਹੜਾ ਇੱਕ ਬਰਗਾੜੀ ਦਾ ਮੋਰਚਾ ਹੈ, ਇਸ ਦੇ ਵਿੱਚ ਸਾਰਿਆਂ ਨੂੰ ਖਦਸ਼ਾ ਹੈ ਇਸ ਤਰ੍ਹਾਂ ਦਾ। ਦੇਖੋ ਹੁਣ ਇਸ ਵੇਲੇ ਸਾਰੇ ਦੇ ਸਾਰੀਆਂ ਪਾਰਟੀਜ਼ ਡਿਸਕ੍ਰੈਡਿਟ ਹੋ ਚੁੱਕੀਆਂ ਔਰ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਨੁਕਸਾਨ ਕਰ ਲਿਆ, ਆਪਣਾ ਆਤਮ ਹੱਤਿਆ ਹੀ ਤਕਰੀਬਨ ਕਰ ਲਈ ਹੈ, ਤਾਂ ਉਸ ਇਸ ਵੇਲੇ ਸਾਰਿਆਂ ਨੂੰ ਖਤਰਾ ਹੈ ਕਿ ਉਹ ਬਰਗਾੜੀ ਦੇ ਮੋਰਚੇ ਦੇ ਵਿੱਚੋਂ ਜਿਹੜੀ ਸਿਆਸਤ ਨਿਕਲੇਗੀ, ਲੋਕ ਇਹ ਕਹਿਣਗੇ ਕਿ ਕਿਸੇ ਨੇ ਸਾਡੇ ਨਾਲ ਇਨਸਾਫ ਨਹੀਂ ਕੀਤਾ, ਕੋਈ ਸਾਡੇ ਨਾਲ ਇਨਸਾਫ ਨਹੀਂ ਕਰ ਸਕਦਾ, ਅਸੀਂ ਆਪਣੇ ਹੱਥਾਂ ਦੇ ਵਿੱਚ ਆਪਣੀ ਤਾਕਤ ਲੈ ਕੇ ਤੇ ਹੁਣ ਅਸੀਂ ਆਪਣੇ ਆਪ ਨਾਲ ਇਨਸਾਫ ਕਰਨਾ। ਬਹੁਤ ਬਹੁਤ ਧੰਨਵਾਦ ਗੁਰਤੇਜ ਸਿੰਘ ਤੁਹਾਡਾ, ਹਰਜੀਤ ਸਿੰਘ ਕਿੰਗਰਾ ਤੁਹਾਡਾ, ਚੰਦ ਸਿੰਘ ਬਰਾੜ ਤੁਹਾਡਾ, ਕੈਪਟਨ ਜਨਰਲ ਸਿੱਧੂ ਤੁਹਾਡਾ ਬਹੁਤ ਧੰਨਵਾਦ। ਅਕਾਲੀ ਦਲ ਦੀ ਪੰਥਕ ਸਿਆਸਤ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਵਾਲ ਹੈ ਜਿਹੜਾ ਉਹ ਬਹਿਸ ਦੇ ਵਿੱਚ ਲਿਆ ਦਿੱਤਾ ਹੈਗਾ ਕਿ SDPC ਦੇ ਵਿੱਚ ਕੈਪਟਨ ਕਿਸੇ ਦੇ ਖਿਲਾਫ ਹੈਗੇ ਆ, ਗਰਮ ਖਿਆਲੀਆਂ ਦੇ ਖਿਲਾਫ ਹੈ, ਬਾਦਲਾਂ ਦੇ ਖਿਲਾਫ ਹੈ, ਪਰ ਇਹ ਚਰਚਾ ਇੱਥੇ ਆ ਕੇ ਮੁੱਕੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਕਿਸ ਦੇ ਨਾਲ ਨੇ। ਬਹੁਤ ਧੰਨਵਾਦ।